ਬਹੁਤ ਹੀ ਪਿਆਰੇ ਵਿਦਿਆਰਥੀਓ ਪੰਜਾਬੀ ਸਟਡੀ ਪੈਰੈਂਟ 63 ਇਕਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਮੈਂ ਅਮਰਜੀਤ ਕੌਰ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਸਨ ਪੇਸ਼ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੇਪਰ A ਦੇ ਨਾਲ ਸੁੰਦਿਤ ਇੱਕ ਪਾਠ ਪੁਸਤਕ ਹੈ ਨਾਵਲ ਇੱਕ ਹੋਰ ਨਮਾਸਲ ਇਸ ਦੇ ਨਾਲ ਸੁੰਦਿਤ ਗੱਲ ਕਰਨੀ ਹੈਗੀ ਹੈ ਇਹ ਸਨਾਵਲ ਨੂੰ 9ਵੀਂ ਕਲਾਸ ਦੇ ਵਿੱਚ ਅਕਸਰ ਪੜ੍ਹਾ ਜਾਂਦਾ ਹੈਗਾ ਪਰ 10ਵੀਂ ਦੇ ਵਿੱਚ ਜਿਹੜਾ ਹੈ ਇਹਦੇ ਨਾਲ ਸੰਬੰਧਿਤ ਸਿਰਫ ਪਾਤਰਾਂ ਦਾ ਪਾਤਰ ਜਿਸ ਤਰ੍ਹਾਂ ਆਉਂਦਾ ਹੈ ਪੇਪਰ ਦੇ ਵਿੱਚ ਜਾਂ ਫਿਰ ਪ੍ਰਸੰਗ ਦੱਸ ਕੇ ਵਿਆਖਿਆ ਆਉਂਦੀ ਹੈ ਪਰ ਕਿਉਂਕਿ ਪਾਤਰ ਚਿੱਤਰਣ ਅਸੀਂ ਤਾਂ ਹੀ ਕਰ ਸਕਦੇ ਹੈਗੀਆਂ ਜਾਂ ਸਾਨੂੰ ਨਾਵਲ ਬਾਰੇ ਬੜੀ ਚੰਗੀ ਤਰ੍ਹਾਂ ਜਾਣਕਾਰੀ ਹੋਵੇ ਸੋ ਜ਼ਰੂਰੀ ਹੈ ਆਪਾਂ ਇਹਦੇ ਬਾਰੇ ਥੋੜੀ ਜੀ ਗੱਲ ਕਰੀਏ ਤਾਂ ਪਹਿਲਾਂ ਅਸੀਂ ਇਸ ਦੇ ਤਿੰਨ ਭਾਗ ਨੇ ਇਸ ਨਾਵਲ ਦੇ ਸਵੇਰ ਦੁਪਹਿਰ ਅਤੇ ਸ਼ਾਮ ਤਿੰਨਾਂ ਦੇ ਵਿੱਚੋਂ ਅਸੀਂ ਪਹਿਲਾ ਭਾਗ ਸਵੇਰ ਦਾ ਥੋੜਾ ਜਿਹਾ ਅਧਿਐਨ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਅਗਲਾ ਕੰਮ ਜਿਹੜਾ ਕਰਾਂਗੇ ਤਾਂ ਪਹਿਲਾਂ ਇਸ ਨਾਵਲ ਬਾਰੇ ਗੱਲ ਕੀਤੀ ਜਾਵੇ ਤਾਂ ਨਾਵਲ ਕਹਿੰਦਾ ਇੱਕ ਕਹਾਣੀ ਹੁੰਦੀ ਹੈ ਤੇ ਇਹ ਪਾਤਰਾਂ ਦੇ ਮਨ ਵਿੱਚ ਹੋ ਰਹੇ ਘੋਲ ਨੂੰ ਵੀ ਚਿੱਤਰਦਾ ਹੈਗਾ ਤੇ ਸਾਡੇ ਜ਼ਿੰਦਗੀ ਦੇ ਵਿੱਚ ਇੰਨਾ ਬਾਹਰ ਨਹੀਂ ਵਾਪਰਦਾ ਜਿੰਨਾ ਕੁਝ ਸਾਡੇ ਮਨਾਂ ਚ ਵਾਪਰਦਾ ਹੈਗਾ ਤੇ ਇਸ ਬਾਹਰਲੇ ਅਤੇ ਅੰਦਰਲੇ ਦੁਨੀਆ ਦੇ ਵਿੱਚ ਸੁਮੇਲ ਪੈਦਾ ਕਰਨਾ ਹੀ ਅੱਜ ਦੇ ਨਾਵਲ ਕਰਦਾ ਮੰਤਵ ਹੈਗਾ ਤੇ ਉਹ ਚਾਹੁੰਦਾ ਹੈਗਾ ਕਿ ਜੀਵਨ ਦੀ ਸਚਾਈ ਉਗੜ ਕੇ ਸਾਹਮਣੇ ਆ ਜਾਵੇ ਤਾਂ पर एक हम है बड़ा मुश्किल क्योंकि जीवन दे कई रंग ने ਤੇ ਕੋਈ ਵੀ ਇੱਕ ਰੰਗ ਸਮੁੱਚੇ ਜੀਵਨ ਦਾ ਰੰਗ ਨਹੀਂ ਹੋ ਸਕਦਾ ਤੇ ਪਿੰਨ ਪਿੰਨ ਰੰਗਾਂ ਦੀ ਤਲਾਸ਼ ਕਰਦੇ ਹੀ ਨਾਵਲਕਾਰ ਨਾਵਲ ਲਿਖਦੇ ਨੇ ਨਾਟਕਕਾਰ ਨਾਟਕ ਲਿਖਦੇ ਨੇ ਅਤੇ ਕਵੀ ਕਵਿਤਾਵਾਂ ਲਿਖਦੇ ਨੇ ਤਾਂ ਹੁਣ ਅੱਜ ਆਪਾਂ ਜੋ ਅੱਜ ਨਾਵਲ ਪੜ੍ਹਨਾ ਹੈ ਇੱਕ ਹੋਰ ਨਾਮਾ ਸਾ ਇਸ ਵਿੱਚ ਲੇਖਕ ਨੇ ਇਕਰੀ ਰਿਕਸ਼ਾ ਚਾਲਕ ਦੇ ਜੀਵਨ ਦੀ ਝਲਕ ਪੇਸ਼ ਕੀਤੀ ਹੈਗੀ ਆ ਤੇ ਉਸ ਦੇ ਜੀਵਨ ਨੂੰ ਉਸ ਦੀ ਹੀ ਨਜ਼ਰ ਦੇ ਨਾਲ ਵੇਖਣ ਦੀ ਕੋਸ਼ਿਸ਼ ਕੀਤੀ ਹੈਗੀ ਆ ਤੇ ਇਹ ਜਿਹੜਾ ਨਾਵਲ ਹੈ ਉੱਤਮਪੁਰਖ ਦੇ ਵਿੱਚ ਲਿਖਿਆ ਗਿਆ ਹੈਗਾ ਭਾਵ ਬੰਤ ਆਪਣੀ ਕਹਾਣੀ ਨੂੰ ਆਪਣੇ ਮੂੰਹੋਂ ਹੀ ਬਿਆਨ ਕਰਦਾ ਹੈ ਕਿ ਉਸ ਉਹ ਜੀਵਨ ਦੇ ਚੱਕਰ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ ਅਤੇ ਉਸ ਦੇ ਜੀਵਨ ਦੇ ਵਿੱਚ ਛੋਟੀਆਂ-ਛੋਟੀਆਂ ਘਟਨਾਵਾਂ ਵੱਪਰਦਿਆਂ ਨੇ ਤੇ ਉਸਦੇ ਮਨ ਤੇ ਡੂੰਗਾ ਪ੍ਰਭਾਵ ਪੈਂਦਾ ਹੈ ਤੇ ਉਸਦੇ ਮਨ ਦੇ ਵਿੱਚ ਕਈ ਪ੍ਰਕਾਰ ਦੇ ਵਿਚਾਰ ਆਉਂਦੇ ਨੇ ਤਾਂ ਇਸ ਨਾਵਲ ਦੇ ਪਹਿਲੇ ਭਾਗ ਦੇ ਵਿੱਚ ਜਿਹੜਾ ਹੈ ਸਵੇਰ ਦਾ ਦ੍ਰਿਸ਼ ਦੱਸਿਆ ਹੋਇਆ ਹੈਗਾ ਕਿ ਨਵਾਂ ਸਾਲ ਚੜਿਆ ਹੈਗਾ ਤਾਂ ਉਹਦਾ ਨਵਾਂ ਸਾਲ ਇੱਕ ਮਜ਼ਦੂਰ ਲਈ ਰਿਕਸ਼ਾ ਚਾਲਕ ਦੇ ਲਈ ਨਵਾਂ ਸਾਲ ਦਾ ਕੀ ਮਤਲਬ ਹੁੰਦਾ ਹੈਗਾ ਤੇ ਉਹ ਕਿਹੜੇ-ਕਿਹੜੇ ਗੱਲਾਂ ਸੋਚਦਾ ਹੈ ਜਦੋਂ ਉਹ ਸਵਾਰੀਆਂ ਦੇ ਨਾਲ ਗੱਲਾਂ ਵੀ ਕਰਦਾ ਹੈ ਤਾਂ ਸਵਾਰੀ ਆਪਸ ਵਿੱਚ ਗੱਲਾਂ ਕਰਦੀਆਂ ਨੇ ਤਾਂ ਉਹ ਅਚੇਤ ਹੀ ਕਦੇ ਆਪਣੇ ਭੂਤਕਾਲ ਦੇ ਵਿੱਚ ਚਲੇ ਜਾਂਦਾ ਹੈ ਅਤੇ ਕਈ ਵਾਰ ਉਹ ਆਪਣੇ ਪੁੱਤਰ ਦੇ ਭਵਿੱਖ ਬਾਰੇ ਸੋਚਦਾ ਹੋਇਆ ਉਸ ਨੂੰ ਚਿਤਪਦਾ ਹੈਗਾ ਤੇ ਇਸ ਤਰ੍ਹਾਂ ਜਿਹੜਾ ਹੈ ਉਹ ਕਲਪਿਤ ਭਵਿੱਖ ਦੇ ਵਿੱਚ ਖੋ ਜਾਂਦਾ ਹੈਗਾ ਤੇ ਇਸ ਨਾਵਲ ਦੇ ਵਿੱਚ ਇਹ ਇੱਕ ਵਿਅਕਤੀ ਦੀ ਕਹਾਣੀ ਨਹੀਂ ਸਗੋਂ ਸਮਾਜ ਦੀ ਸੱਕੀ ਵੀ ਸਾਡੇ ਸਾਹਮਣੇ ਆ ਜਾਂਦੀ ਹੈ ਲੋਕ ਉਹਦੇ ਰਿਕਸ਼ੇ ਉੱਤੇ ਬੈਠਦੇ ਨੇ ਆਪਸ ਵਿੱਚ ਗੱਲਾਂ ਕਰਦੇ ਨੇ ਜਾਂ ਕਦੀ ਕਦੀ ਉਹਦੇ ਨਾਲ ਵੀ ਗੱਲਾਂ ਕਰਨ ਲੱਗ ਜਾਂਦੇ ਨੇ ਤੇ ਇੰਜ ਆਧੁਨਿਕ ਸਮਾਜ ਦਾ ਇੱਕ ਚੱਲ ਚਿੱਤਰ ਸਾਡੀਆਂ ਨਜ਼ਰਾਂ ਵਿੱਚੋਂ ਲੰਘ ਜਾਂਦਾ ਹੈ ਤੇ ਇੱਕ ਫਰਾਂਸੀਸੀ ਨਾਟਕਕਾਰ ਨਾਵਲ ਕਰਨ ਕੀ ਕਿਹਾ ਨਾਵਲ ਨੂੰ ਕਿ ਸੜਕ ਦੇ ਕੰਡੇ-ਕੰਡੇ ਚੱਲ ਰਿਹਾ ਸ਼ੀਸ਼ਾ ਹੁੰਦਾ ਹੈਗਾ ਤੇ ਇਸ ਨਾਵਲ ਬਾਰੇ ਵੀ ਕਿਹਾ ਜਾ ਸਕਦਾ ਹੈ ਕਿ ਬੰਤੇ ਦਾ ਰਿਕਸ਼ਾ ਇੱਕ ਅਜੀਹਾ ਦਰਪਣ ਜਾਂ ਸ਼ੀਸ਼ਾ ਹੈ ਜਿਸ ਵਿੱਚ ਨਿਤ ਨਵੀਆਂ ਵਾਪਰ ਰਹੀਆਂ ਘਟਨਾਵਾਂ ਅਤੇ ਸਮਾਜ ਦੇ ਵੱਖ-ਵੱਖ ਜਿਹੜੇ ਹੈਗੇ ਨੇ ਅੰਗਾਂ ਮਰਦਾਂ ਔਰਤਾਂ ਬੱਚਿਆਂ ਅਤੇ ਬੁੱਢਿਆਂ ਦੇ ਜੀਵਨ ਦੀ ਝਲਕ ਮਿਲਦੀ ਹੈ ਇਸ ਵਿੱਚ ਇਹ ਵੀ ਦੱਸਿਆ ਗਿਆ ਵੀ ਸਮਾਜ ਦੇ ਕਈ ਪਾਤਰ ਬਹੁਤ ਅਮੀਰ ਨੇ ਜਿਹੜੇ ਉਹ ਰਿਕਸ਼ੇ ਤੇ ਬੈਠਦੇ ਨੇ ਤਾਕੇ ਯਾਮ ਪਾਤਰ ਵੀ ਬੈਠਦੇ ਨੇ ਤੇ ਉਹਨਾਂ ਦਾ ਸੁਭਾਅ ਕਿਹੋ ਜਿਹਾ ਹੈਗਾ ਉਹ ਸਾਰਾ ਕੁਝ ਦੱਸਿਆ ਹੈ ਇਹਦੇ ਵਿੱਚ ਤਾਂ ਬੰਤਾ ਜਿਹੜਾ ਹੈ ਇੱਕ ਕਮਜ਼ੋਰ ਸ਼੍ਰੇਣੀ ਦਾ ਪ੍ਰਤੀਨਿਤ ਹੈ ਤੇ ਉਸ ਪ੍ਰਤੀ ਸਾਡੇ ਮਨ ਦੇ ਵਿੱਚ ਤਰਸ ਦੀ ਭਾਵਨਾ ਆਉਂਦੀ ਹੈਗੀ ਆ ਤੇ ਬੰਤਾ ਜੀਵਨ ਦੀ ਔਕੜਾਂ ਦੇ ਨਾਲ ਜੂਝ ਰਿਹਾ ਪਾਤਰ ਹੈ ਉਹ ਕਦੇ ਹੌਸਲਾ ਨਹੀਂ ਹਾਰਦਾ ਹਰੇਕ ਕਦਮ ਤੇ ਚੜ੍ਹਦੀ ਕਲਾ 'ਚ ਰਹਿੰਦਾ ਹੈ ਤੇ ਉਸ ਦੇ ਮਨ ਵਿੱਚ ਜੋ ਸੱਦਰਾਂ ਨੇ ਜੇ ਜੀਵਨ ਨੂੰ ਚੰਗਾ ਬਣਾਉਣ ਦੀ ਖਾਹਿਸ਼ ਹੈ ਅਤੇ ਉਹ ਮਿਹਨਤ ਕਰਨ ਵਿੱਚ ਹੀ ਆਪਣਾ ਉज्ज्वल ਭਵਿੱਖ ਦੇਖਦਾ ਹੈਗਾ ਤੇ ਉਸਦਾ ਜੀਵਨ ਰਿਕਸ਼ੇ ਦੇ ਪੰਗੇ ਵਾਂਗ ਹੀ ਹੈ ਜਿਸ ਦਾ ਹਰ ਸਮੇਂ ਹਰਕਤ ਵਿੱਚ ਰਹਿਣਾ ਜ਼ਰੂਰੀ ਹੈ ਤੇ ਇਸੇ ਖਿਆਲ ਨੂੰ ਪੰਜਾਬੀ ਦੇ ਪ੍ਰਸਿੱਧ ਕਵੀ ਨੇ ਕੀ ਕਿਹਾ ਹੈਗਾ ਕਿ ਜ਼ਿੰਦਗੀ ਸੰਗਰਾਮ ਦੀ ਅਸਗਾਹਾ ਸਾਗਰ ਜ਼ਿੰਦਗੀ ਸੰਗਰਾਮ ਦੀ ਅਸਗਾਹਾ ਸਾਗਰ ਜ਼ਿੰਦਗੀ ਆਰਾਮ ਦੀ ਖੁਰਦਾ ਕਿਨਾਰਾ ਪਾਬ ਜੇਕਰ ਉਹ ਖੁਸ਼ ਸੰਘਰਸ਼ ਕਰਦਾ ਹੈ ਤਾਂ ਉਸ ਦਾ ਉਹ ਸਾਗਰ ਤੱਕ ਜਾ ਪਹੁੰਚਦਾ ਹੈ ਜੇਕਰ ਉਹ ਸਿਰਫ ਆਰਾਮ ਕਰਦਾ ਹੈ ਫਿਰ ਤਾਂ ਉਹਦੀ ਜ਼ਿੰਦਗੀ ਹੌਲੀ-ਹੌਲੀ ਖੁਰਦੇ ਹੀ ਕਿਨਾਰੇ ਤਰ੍ਹਾਂ ਖੁਰ ਜਾਂਦੀ ਹੈਗੀ ਤੇ ਇਸ ਤਰ੍ਹਾਂ ਜਿਹੜਾ ਹੈ ਇਸ ਨਾਵਲ ਨੂੰ ਇਸ ਤਰੀਕੇ ਨਾਲ ਹੀ ਲਿਖਿਆ ਗਿਆ ਹੈ ਜਿਵੇਂ ਰਿਕਸ਼ਾ ਚਾਲਕ ਸੋਚਦਾ ਹੈ ਹੁਣ ਅਸੀਂ ਇਹਦੇ ਨਾਲ ਸੰਬੰਧਿਤ ਥੋੜੀਆਂ ਜੀਆਂ ਮਹੱਤਵਪੂਰਨ ਗੱਲਾਂ ਹੀ ਕਰਾਂਗੇ ਕਿਉਂਕਿ ਪੂਰਾ ਨਾਵਲ ਪੜ੍ਹਨ ਦੇ ਲਈ ਤਾਂ ਫਿਰ ਬਹੁਤ ਲੰਮੀ ਵੀਡੀਓ ਬਣ ਜਾਣੀ ਹੈਗੀ ਤਾਂ ਮਹੱਤਵਪੂਰਨ ਗੱਲਾਂ ਹੀ ਕਰਾਂਗੇ ਆਪਾਂ ਤਾਂ ਮੁੱਖ ਪਾਤਰ ਆਪਾਂ ਗੱਲ ਕਰ ਹੀ ਲਿਆ ਕੀ ਬੰਤਾ ਹੈਗਾ ਜੋ ਕਿ ਰਿਕਸ਼ਾ ਚਾਲਕ ਹੈ ਤੇ ਇਹ ਨਾਵਲ ਹੈ ਉਤਮਪੁਰਖ ਦੇ ਵਿੱਚ ਲਿਖਿਆ ਗਿਆ ਹੈ ਨਵੇਂ ਸਾਲ ਚੜਦਾ ਹੈਗਾ ਤਾਂ ਉਹ ਸਵੇਰੇ ਬੰਤਾ ਹੈ ਜਿਹੜਾ ਕਿਉਂਕਿ ਇੱਕ ਜਨਮਰੀ ਨੂੰ ਬਹੁਤ ਠੰਡ ਹੁੰਦੀ ਹੈ ਤਾਂ ਉਹ ਆਪਣੇ ਰਜਾਈ ਦੇ ਵਿੱਚੋਂ ਹੀ ਜਿਹੜਾ ਹੈ ਜਾਗ ਕੇ ਆਪਣੀ ਪਤਨੀ ਨੂੰ ਕਹਿੰਦਾ ਹੈ ਉਹਦਾ ਨਾਮ ਤਾਰੋ ਹੈ ਉਸਦੀ ਪਤਨੀ ਦਾ ਜਿਹੜੀ ਦੋਜ ਮਾਤਾ ਪੜੀ ਹੋਈ ਹੈਗੀ ਤਾਂ ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਵੀ ਭੱਲੀਏ ਲੋਕ ਕੇ ਉੱਠ ਤੇ ਅੱਜ ਸਾਨੂੰ ਬੈਡ ਟੀਪਲਾ ਹੁਣ ਬੈਡ ਟੀ ਉਹ ਕਿਉਂ ਕਹਿੰਦਾ ਹੈ ਕਿਉਂਕਿ ਉਹ ਪਿਛਲੇ ਦਿਨ ਉਸਦੀ ਜਿਹੜੀ ਹੈ ਰਿਸ਼ੇ ਦੇ ਵਿੱਚ ਦੋ ਸ਼ਰਾਬੀ ਸਵਾਰੀਆਂ ਬੈਠੀਆਂ ਸੀਗੀਆਂ ਸ਼ਾਮ ਨੂੰ ਤੇ ਆਪਸ ਦੇ ਵਿੱਚ ਨਵੇਂ ਸਾਲ ਦੀ ਗੱਲ ਕਰਦੀਆਂ ਸੀਗੀਆਂ ਤੇ ਉਹਨੂੰ ਉਹਨੇ ਵੀ ਜਿਹੜਾ ਹੈ ਇਸ ਕਰਕੇ ਆਪਣੀ ਪਤਨੀ ਨੂੰ ਕਿਹਾ ਕਿ ਸਾਨੂੰ ਬੈਡ ਟੀ ਪੀਆ ਪਰ ਉਹਦੀ ਪਤਨੀ ਜਿਹੜੀ ਹੈ ਅਵੇਸਲਾਪਣ ਉਹਦੇ ਚ ਵੀ ਆ ਕੇ ਠੰਡ ਕਰਕੇ ਉਹ ਕਹਿੰਦੀ ਹੈ ਵੀ ਪਹਿਲੇ ਹੱਥ ਮੋਂ ਧੋ ਲੈ ਮੈਂ ਚਾਹ ਬਣਾ ਦਿੰਦੀ ਹੈਗੀਆ ਪਰ ਨਹੀਂ ਉਹ ਕਹਿੰਦਾ ਵੀ ਮੈਂ ਮੈਂ ਤਾਂ ਅੱਜ ਜਿਵੇਂ ਵੱਡੇ ਲੋਕ ਬੈਡ ਟੀ ਪੀਂਦੇ ਨੇ ਬਿਸਤਰਾ ਛੱਡਣ ਤੋਂ ਪਹਿਲਾਂ ਜਿਹੜੀ ਚਾਹ ਪੀਤੀ ਜਾਂਦੀ ਹੈ ਉਹਨੂੰ ਬੈਡ ਟੀ ਕਿਹਾ ਜਾਂਦੇ ਆ ਤੇ ਅੱਜ ਨਵਾਂ ਸਾਲ ਹੈ ਨਾ ਮੇ ਸਾਲ ਨੂੰ ਕੁਝ ਨਵਾਂ ਹੋਣਾ ਚਾਹੀਦਾ ਹੈ ਤੇ ਇਸ ਲਈ ਉਹ ਬੈਡ ਟੀ ਪੀਣ ਦਾ ਜਿਹੜਾ ਚਾਹਵਨ ਹੈ ਤਾਂ ਫਿਰ ਉਹਦੀ ਪਤਨੀ ਕੀ ਕਹਿੰਦੀ ਹੈ ਤੂੰ ਕੋਈ ਬੜਾ ਲੋਕ ਹੈਂ ਤਾਂ ਉਹ ਕਹਿੰਦਾ ਮੈਂ ਕੋਈ ਛੋਟਾ ਨਹੀਂ ਹੈਗਾ ਤੇ ਹਾਂ ਇਹ ਗੱਲ ਹੈਗਾ ਕਿ ਜਿਹੜਾ ਹੈ ਅਸੀਂ ਅਮੀਰ ਤਾਂ ਨਹੀਂ ਪਰ ਅਸੀਂ ਸੋਚ ਤਾਂ ਸਕਦੇ ਹੈਗੇ ਹਾਂ ਪਰ ਇੰਨੀ ਦੇਰ ਨੂੰ ਜਿਹੜਾ ਹੈ ਉਸ ਨੂੰ ਯਾਦ ਆਉਂਦਾ ਹੈ ਵੀ ਉਸਨੇ ਤਾਂ 6 ਵਜੇ ਤੱਕ ਰੇਲਵੇ ਸਟੇਸ਼ਨ ਪਹੁੰਚਣਾ ਹੈ ਕਿਉਂਕਿ ਰੇਲਵੇ ਸਟੇਸ਼ਨ ਪਹੁੰਚ ਕੇ ਉਸ ਵਿੱਚ ਕਾਲਕਾ ਮੇਲ ਆਉਂਦੀ ਹੈ ਤੇ ਸਵਾਰੀਆਂ ਨੂੰ ਜੇ ਰਿਕਸ਼ੇ ਵਾਲਾ ਕੋਈ ਨਾ ਮਿਲੇ ਤਾਂ ਉਹਨਾਂ ਨੇ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਹੁੰਦਾ ਹੈ ਤੇ ਫਿਰ ਉਹ ਔਖਾ ਹੁੰਦੀਆਂ ਨੇ ਤੇ ਨਾਲੇ ਵੈਸੇ ਵੀ ਉਹਨੂੰ ਇਹ ਹੈ ਵੀ ਚਲੋ ਕਮਾਈ ਹੋਵੇਗੀ ਹਨਾ ਤਾਂ ਹਮੇਸ਼ਾ ਹੀ 6 ਵਜੇ ਕਾਲ ਕਾ ਮੇਲ ਦਿੱਤਰ ਦੀਆਂ ਸਵਾਰੀਆਂ ਉਧਰ ਉਧਰ ਲਿਜਾਣ ਦਾ ਕੰਮ ਜ਼ਰੂਰ ਕਰਦਾ ਸੀਗਾ ਤੇ ਉਹ ਬਿਨਾ ਚਾਪੀਤੇ ਹੀ ਜਿਹੜਾ ਹੈ ਉਹ ਸਟੇਸ਼ਨ ਪਹੁੰਚ ਜਾਂਦਾ ਹੈਗਾ ਤੇ ਫਿਰ ਉਹਨੂੰ ਸਵਾਰੀ ਮਿਲ ਜਾਂਦੀ ਹੈ ਪਹਿਲੀ ਸਵਾਰੀ ਜੋ ਉਹਨੂੰ ਮਿਲਦੀ ਹੈ ਉਹ ਚੰਡੀਗੜ੍ਹ ਤੋਂ ਆਏ ਹੁੰਦਾ ਸਰਦਾਰ ਤੇ ਉੱਥੇ ਉਹਦੀ ਇੰਟਰਵਿਊ ਹੁੰਦੀ ਹੈਗੀ ਆ ਤੇ ਉਹ ਬੰਤੇ ਦੇ ਨਾਲ ਜਦੋਂ ਗੱਲਾਂ ਕਰਦਾ ਹੈ ਤੇ ਉਹ ਦੱਸਦਾ ਹੈਗਾ ਵੀ ਮੈਂ ਵੀ ਇਹ ਪਾਸ ਕੀਤੀ ਹੋਈ ਹੈ ਤੇ ਟਾਈਪਿੰਗ ਵੀ ਕੀਤੀ ਹੋਈ ਹੈਗੀ ਪਰ ਮੈਂ ਕੰਮ ਲੱਭ ਰਿਹਾ ਹੈਗਾ ਪਰ ਮੈਨੂੰ ਕੰਮ ਲੱਭ ਨਹੀਂ ਰਿਹਾ ਤੇ ਬੰਤਨ ਪੁੱਛਦਾ ਵੀ ਤੁਹਾਨੂੰ ਜੇ ਕੰਮ ਨੌਕਰੀ ਮਿਲ ਵੀ ਗਈ ਤਾਂ ਕਿੰਨੇ ਕੋ ਪੈਸੇ ਆ ਨਹੀਂ ਮਿਲੋਗੇ ਉਹ ਕਹਿੰਦਾ ਮੈਨੂੰ 2500 ਰੁਪਏ ਦੀ ਮਿਲ ਜੂਗੀ ਤੇ ਬੰਤਾ ਹੈਰਾਨ ਹੋ ਜਾਂਦਾ ਕਹਿੰਦਾ ਫਿਰ ਫਿਰ ਤਾਂ ਮੈਂ ਹੀ ਵਧੀਆ ਤੇਰੇ ਨਾਲੋਂ ਵੀ ਪੰਜਵੀਂ ਫੇਲ ਹੁਣ ਫਿਰ ਉਹਨੂੰ ਆਪਣੇ ਜੀਵਨ ਦੀ ਪਿਛਲੀ ਘਟਨਾ ਯਾਦ ਆਉਂਦੀ ਹੈ ਵੀ ਕਿਵੇਂ ਜਿਹੜਾ ਹੈ ਉਹ ਪੜ੍ਹਨ ਵਿੱਚ ਉਂਝ ਵਧੀਆ ਸੀਗਾ ਪਰ ਜਦੋਂ ਉਸਦੀ ਵੱਡੀ ਭੈਣ ਦਾ ਵਿਆਹ ਹੋਇਆ ਤਾਂ ਉਹਨਾਂ ਦੇ ਸਿਰਨ ਬਹੁਤ ਕਰਜ਼ਾ ਚੜ ਗਿਆ ਤੇ ਇਸ ਦੁੱਖ ਦੇ ਵਿੱਚ ਹੀ ਉਹਦਾ ਪਿਤਾ ਜਿਹੜਾ ਹੈ ਉਹਦੀ ਮੌਤ ਹੋ ਗਈ ਤੇ ਪਿੱਛੋਂ ਉਸ ਦੇ ਦੋ ਭੈਣਾਂ ਉੱਤੇ ਉਸਦੀ ਮਾਤਾ ਤਲ ਚਾਰ ਪਰਜੀਆਂ ਦਾ ਜਿਹੜਾ ਹੈ ਖਰਚਾ ਪਾਲਣ ਪੋਸ਼ਣ ਦਾ ਖਰਚਾ ਫਿਰ ਉਹਦੇ ਸਿਰ ਤੇ ਆ ਗਿਆ ਤੇ ਇਸ ਕੰਮ ਦੇ ਲਈ ਫਿਰ ਉਹ ਜਿਹੜਾ ਹੈ ਖੇਤ ਮਜ਼ਦੂਰ ਬਣ ਗਿਆ ਤੇ ਉਹਨਾਂ ਨੇ ਫਿਰ ਉਹ ਤੋਂ ਸਰਦਾਰ ਆਣੇ ਨੂੰ ਕੋਈ ਬਥੇ ਕੰਮ ਲਿਆ ਕਹਿੰਦਾ ਮੈਂ ਛੇਤੀ ਤਕੜਾ ਜਿਹੜਾ ਬੰਦ ਹੋ ਗਿਆ ਤੇ ਪਰ ਕਹਿੰਦਾ ਫਿਰ ਇੱਕ ਦਿਨ ਜਿਹੜਾ ਹੈ ਸਰਦਾਰਾਂ ਦੇ ਵੱਡੇ ਮੁੰਡੇ ਨੇ ਉਹਨੂੰ ਕੁੱਟਿਆ ਤੇ ਫਿਰ ਬੰਤੇ ਨੇ ਵੀ ਗੁੱਸੇ 'ਚ ਉਹਦੇ ਚਾਰ ਟਕਾਾ ਦਿੱਤੀਆਂ ਤੇ ਸਾਰਾ ਪਿੰਡ ਉਹਦੇ ਮਗਰ ਪੈ ਗਿਆ ਤੇ ਉਹ ਸਰਦਾਰਾਂ ਦੀ ਗੁਲਾਮੀ ਤੋਂ ਅੱਕ ਗਿਆ ਤੇ ਫਿਰ ਦੁਖੀ ਹੋ ਕੇ ਨੇ ਪਿੰਡ ਛੱਡ ਦਿੱਤਾ ਅਤੇ ਫਿਰ ਉਹ ਸ਼ਹਿਰ ਆ ਗਿਆ ਸੱਤ ਅੱਠ ਕੋਦੀ ਵਿੱਚ ਤੇ ਹੀ ਜਿਹੜਾ ਹੈ ਸ਼ਹਿਰ ਦੇ ਵਿੱਚ ਆ ਗਿਆ ਤੇ ਹੁਣ ਉਹਨੇ ਰਿਕਸ਼ੇ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੁਣ ਕਹਿੰਦਾ ਰਿਕਸ਼ੇ ਦਾ ਕੰਮ ਹੈ ਤਾਂ ਔਖਾ ਪਰ ਇਹਦੇ ਜਿੱ ਕਿਸੇ ਦੀ ਆਕੜ ਨਹੀਂ ਚੱਲਣੀ ਪੈਂਦੀ ਮਰਜੀ ਹੈ ਕਿਸੇ ਸਵਾਰ ਨੂੰ ਲੈ ਕੇ ਜਾਓ ਜਾਂ ਨਾ ਲੈ ਕੇ ਜਾ ਤੇ ਉਹ ਕਹਿੰਦਾ ਵੀ ਇਸ ਤੋਂ ਪਹਿਲਾਂ ਕਿਤੇ ਉਹ ਚਪੜਾਸੀ ਵੀ ਲੱਗਿਆ ਸੀਗਾ ਤੇ ਸਾਰਾ ਦਿਨ ਕੰਮ ਕਰਦਾ ਰਹਿੰਦਾ ਸੀ ਤੇ ਸਵੇਰ ਤੋਂ ਸ਼ਾਮ ਤੱਕ ਘਰੇ ਜਾ ਕੇ ਫਿਰ ਸਾਬ ਦੇ ਘਰ ਦੇ ਛੋਟੇ-ਮੋਟੇ ਕੰਮ ਵੀ ਕਰ ਦਿੰਦਾ ਸੀ ਬੂਟ ਵੀ ਪਾਲਿਸ਼ ਕਰ ਦਿੰਦਾ ਸੀ ਇੱਕ ਦਿਨ ਐਤਵਾਰ ਨੂੰ ਕਹਿੰਦਾ ਸਾਬ ਦੀ ਘਰ ਵਾਲੀ ਨੇ ਉਸ ਨੂੰ ਕੱਪੜੇ ਧੋਣ ਲੈ ਕੇ ਆ ਉਹਨੇ ਨਾ ਕਰ ਦਿੱਤੀ ਬਸ ਫਿਰ ਕੀ ਸੀ ਬਾਬੂ ਬੜਾ ਕੜ ਗਿਆ ਮੇਰੇ ਉੱਤੇ ਕਹਿੰਦਾ ਫੇਰ ਮੈਂ ਕਦੇ ਦਫ਼ਤਰ ਨਹੀਂ ਗਿਆ ਤੇ ਚਲੋ ਉਹਨੇ ਜਿਹੜਾ ਹੈ ਇਹ ਵੀ ਕੰਮ ਛੱਡ ਦਿੱਤਾ ਤੇ ਹੁਣ ਜਿਹੜੀ ਗੱਲ ਪੜ੍ਹਾਈ ਦੀ ਸੀਗੀ ਉਹ ਕਹਿੰਦਾ ਵੀ ਪੜ੍ਹਾਈ ਦਾ ਉਹਨੂੰ ਬਹੁਤ ਪਿਆਰ ਸੀ ਪਰ ਉਹਨੂੰ ਮਜਬੂਰੀ ਨੂੰ ਛੱਡਣਾ ਪਿਆ ਹੁਣ ਉਹ ਪੰਜਵੀਂ ਦੇ ਵਿੱਚ ਪੜ੍ਹਦਾ ਸੀ ਜਦੋਂ ਉਹਨੇ ਜਿਹੜਾ ਹੈ ਪੜ੍ਹਾਈ ਛੱਡੀ ਹੈਗੀ ਆ ਜਦੋਂ ਉਹ ਦਾ ਦਫ਼ਤਰ ਦੇ ਵਿੱਚ ਉਹਨੇ ਆਪਣੇ ਪੜ੍ਹਾਈ ਛੱਡਿਆ ਕੰਮ ਤਾਂ ਉਹ ਫਿਰ ਸਕੂਲ ਪਹੁੰਚ ਗਿਆ ਤੇ ਉਹ ਕਹਿਣ ਲੱਗੇ ਮੈਂ ਇਮਤਿਹਾਨ ਦੇਣਾ ਪੰਜਵੀਂ ਦਾ ਤਾਂ ਅਧਿਆਪਕ ਕਹਿੰਦੇ ਵੀ ਕੋਈ ਫੀਸ ਜਮ੍ਹਾਂ ਕਰਾ ਤੂੰ ਫੀਸ ਜਮ੍ਹਾਂ ਕਰਾਤੀ ਪੰਜਵੀਂ ਦਾ ਪੇਪਰ ਦੇਤੇ ਬੜਾ ਦਹਾਨੀ ਸੀ ਉਹ ਤੇ ਫਿਰ ਫੇਲ ਹੋ ਗਿਆ ਤਾਂ ਹੁਣ ਇੱਥੇ ਬੰਤੇ ਦੇ ਮਨ ਦੇ ਵਿੱਚ ਕੀ ਗੱਲ ਸੀ ਉਹ ਕਹਿੰਦਾ ਇੱਥੇ ਹੁਣ ਮੈਨੂੰ ਅਗਲਾ ਪੰਜਵੀਂ ਫੇਲ ਕਹਿੰਦਾ ਆ ਚੌਥੀ ਪਾਸ ਨਹੀਂ ਕਹਿੰਦਾ ਵੀ ਪੰਜਵੀਂ ਦਾ ਨਾਂ ਤਾਂ ਮੇਰੇ ਨਾਲ ਜੁੜ ਗਿਆ ਮਤਲਬ ਉਹਦੀ ਇਹ ਗੱਲ ਬੜੀ ਹੀ ਅਜੀਬ ਵੀ ਲੱਗਦੀ ਹੈ ਚਲੋ ਖੈਰ ਵਧੀਆ ਵੀ ਲੱਗਦੀ ਹੈ ਮੈਨੂੰ ਲੱਗਦਾ ਵੀ ਮੇਰੇ ਨਾਂ ਦੇ ਨਾਲ ਪੰਜਵੀਂ ਫੇਲ ਲੱਗੜ ਗਿਆ ਚੌਥੀ ਪਾਸ ਨਹੀਂ ਜੁੜਿਆ ਤਾਂ ਹੁਣ ਇਸ ਤੋਂ ਬਾਅਦ ਜਿਹੜਾ ਹੈਗਾ ਉਹ ਬੰਤਾ ਉਸੇ ਜਿਹੜਾ ਹੈ ਸਵਾਰੀ ਨੂੰ ਕਹਿੰਦਾ ਵੀ ਚਲ ਕੋਈ ਗੱਲ ਨਹੀਂ ਤੁਹਾਡਾ ਜਿਹੜਾ ਕੰਮ ਛੇਤੀ ਬਣ ਜਾਊਗਾ ਤੇ ਫੇਰ ਉਹ ਅਗਲੀ ਸਵਾਰੀ ਲੈਂਦਾ ਹੈਗਾ ਤੇ ਅਗਲੀ ਸਵਾਰੀ ਜਿਹੜੀ ਹੁੰਦੀ ਹੈਗੀ ਆ ਉਹ ਅ ਦਰਬਾਰ ਸਾਹਿਬ ਜਾਣ ਵਾਲੀ ਹੁੰਦੀ ਹੈ ਤੇ ਉਹ 50 ਪੈਸੇ ਦੇਣ ਮੰਨ ਜਾਂਦੀ ਹੈ ਮਤਲਬ ਪਹਿਲੀ ਸਵਾਰੀ ਕੋਲੋਂ 1 ਰੁਪਿਆ ਲੈਂਦਾ ਹੈਗਾ ਤੇ ਇੱਥੇ ਜਦੋਂ ਉਹ ਜਿਹੜੀ ਨੌਕਰੀ ਲੱਭਣ ਵਾਲੀ ਸਵਾਰੀ ਉਹ ਨਾ ਗੱਲਾਂ ਕਰਦਾ ਹੈ ਤਾਂ ਉਹਦੇ ਮਨ ਦੇ ਵਿੱਚ ਵੀ ਆਪਣੇ ਪੁਰਾਣੇ ਆ ਜਿਹੜੀਆਂ ਗੱਲਾਂ ਯਾਦ ਆਉਂਦੀਆਂ ਨੇ ਜਿਵੇਂ ਵੀ ਪੜਨ ਬਾਰੇ ਗੱਲ ਆਉਂਦੀ ਯਾਦ ਫਿਰ ਉਹਨੂੰ ਇਹ ਯਾਦ ਆਉਂਦਾ ਹੈਗਾ ਵੀ ਮੈਂ ਮੈਨੂੰ ਅੱਜ ਉਹਨੇ ਤਾਰੋ ਨੇ ਚਾਹ ਵੀ ਨਹੀਂ ਬਣਾ ਕੇ ਦਿੱਤੀ ਹੈਗੀ ਹਨਾ ਫਿਰ ਉਹਨੂੰ ਠੰਡ ਵੀ ਲੱਗਦੀ ਹੈ ਠੰਡ ਵੀ ਬਹੁਤ ਸੀ ਕਿ ਤੇ ਉਸ ਤੋਂ ਇਲਾਵਾ ਉਹਨੂੰ ਵੀ ਇਹ ਵੀ ਯਾਦ ਆਉਂਦਾ ਹੈ ਵੀ ਕਿਸ ਤਰ੍ਹਾਂ ਜਦੋਂ ਉਹ ਸੌਰੇ ਗਿਆ ਸੀਗਾ ਤਾਂ ਉਹ ਆਪਣੇ ਨਾਲ ਪੰਜਾਬੀ ਦਾ ਅਖਬਾਰ ਲੈ ਕੇ ਗਿਆ ਤੇ ਜਦੋਂ ਉਸਨੇ ਆਪਣੀ ਸਾਲੀ ਨੂੰ ਅਖਬਾਰ ਦੇ ਵਿੱਚ ਖਬਰਾਂ ਪੜ੍ਹ ਕੇ ਸੁਣਾਇਆ ਤਾਂ ਬੜੀ ਖੁਸ਼ ਹੋਈ ਤੇ ਉਸਨੇ ਉਸਨੂੰ ਬੜੀ ਵਧੀਆ ਚਾਹ ਬਣਾ ਕੇ ਦਿੱਤੀ ਸੀ ਕਿ ਹਣ ਦਾ ਭਾਵ ਕੀ ਹੈ ਬੰਦ ਤੇ ਉਹਨੂੰ ਪੜ ਕਾਫੀ ਪਿਆਰ ਹੈਗਾ ਤੇ ਇਸ ਤੋਂ ਇਲਾਵਾ ਜਿਹੜਾ ਹੈ ਅਗਲੀ ਸਵਾਰੀ ਕੋਲੋਂ ਉਸ ਨੂੰ 50 ਪੈਸੇ ਮਿਲਦੇ ਨੇ ਤੇ ਇਸ ਤਰ੍ਹਾਂ ਉਹ ਦਿਨ ਚੜਦੇ ਚੜ੍ਹਨ ਤੋਂ ਪਹਿਲਾਂ ਹੀ ਉਹ 1.5 ਰੁਪਇਆ ਕਮਾ ਲੈਂਦਾ ਹੈਗਾ ਤੇ ਇਸ ਤੋਂ ਬਾਅਦ ਫਿਰ ਉਸ ਨੂੰ ਦੋ ਭਾਰੀ-ਭਾਰੀ ਸਵਾਰੀਆਂ ਮਿਲਦੀਆਂ ਨੇ ਤੇ ਜੋ ਮੀਆਂ ਬੀਬੀ ਹੁੰਦੇ ਨੇ ਆਪਸ ਵਿੱਚ ਉਹ ਗੱਲਾਂ ਕਰਦੇ ਨੇ ਉਹ ਜਿਹੜਾ ਹੈ ਭਾਰੇ ਕੱਪੜਿਆਂ ਦੀ ਵੀ ਗੱਲ ਕਰਦੇ ਹੈਗੇ ਨੇ ਤੇ ਇਸਤਰੀ ਆਪਣੇ ਪਤੀ ਨੂੰ ਕਹਿੰਦੀ ਵੀ ਤੁਸੀਂ ਵੀ ਇੱਕ ਪਹਾਰਾ ਜਾਂ ਕੋਟ ਲੈ ਲਵੋ ਪਰ ਉਹ ਕਹਿੰਦਾ ਵੀ ਮੈਂ ਜਿਹੜਾ ਹੈ ਰੈਗਸ ਦਾ ਜਿਹੜਾ ਉਹਟ ਹੈ ਇਸ ਤਰ੍ਹਾਂ ਦੀ ਚੀਜ਼ਾਂ ਮੈਂ ਪਸੰਦ ਨਹੀਂ ਕਰਦਾ ਕਿਸੇ ਪਾਏ ਵਿਲਾਹੇ ਕੱਪੜੇ ਨਹੀਂ ਲੈਣੇ ਹੈਗੇ ਤਾਂ ਇਸ ਤਰ੍ਹਾਂ ਜਿਹੜਾ ਹੈ ਉਹ ਕਹਿੰਦਾ ਹੈਗਾ ਵੀ ਅਮਰੀਕਾ ਬੜਾ ਅਮੀਰ ਲੋਕ ਦੇਸ਼ ਹੈਗਾ ਤੇ ਜਦੋਂ ਉਸ ਦੀ ਪਤਨੀ ਪੁੱਛਦੀ ਹੈਗੀ ਵੀ ਉਹ ਤਾਂ ਫਿਰ ਉਹਨਾਂ ਦੀਆਂ ਇਸਤਰੀਆਂ ਤਾਂ ਸੋਨੇ ਨਾਲ ਲੱਦੀਆਂ ਰਹਿੰਦੀਆਂ ਹੋਣਗੀਆਂ ਤਾਂ ਫਿਰ ਉਹ ਜਿਹੜਾ ਪਤੀ ਕੀ ਕਹਿੰਦਾ ਹੈਗਾ ਵੀ ਸਾਡਾ ਦੇਸ਼ ਵੀ ਛੇਤੀ ਛੇਤੀ ਅਮੀਰ ਹੋ ਜਾਊਗਾ ਕਿਉਂਕਿ ਹੁਣ ਜਿਹੜਾ ਸਾਡੀ ਸਰਕਾਰ ਨੇ ਜਿਹੜਾ ਹੈ ਗਰੀਬੀ ਹਟਾਓ ਦਾ ਨਾਅਰਾ ਲਾਇਆ ਹੈਗਾ ਤਾਂ ਬੰਤਾ ਵੀ ਉਹਨਾਂ ਨੇ ਗੱਲਾਂ ਸੁਣ ਕੇ ਉਹਨੂੰ ਵਧੀਆ ਲੱਗਣ ਲੱਗ ਜਾਂਦਾ ਵੀ ਸ਼ਾਇਦ ਸਾਡਾ ਭਵਿੱਖ ਵੀ ਵਧੀਆ ਹੋ ਜਾਵੇ ਤੇ ਇਸ ਤਰ੍ਹਾਂ ਜਿਹੜਾ ਹੈ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਤੇ ਉਹ ਜਿਹੜਾ ਆਦਮੀ ਹੈਗਾ ਉਹ ਆਪਣੀ ਪਤਨੀ ਨੂੰ ਕੀ ਕਹਿੰਦਾ ਹੈਗਾ ਵੀ ਅਸੀਂ ਅਮਰੀਕਾ ਦੀ ਅਮੀਰੀ ਦੀ ਰੀਸ ਨਹੀਂ ਕਰ ਸਕਦੇ ਕੀ ਕਹਿੰਦਾ ਉਹ ਵੀ ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ ਅਸੀਂ ਤਾਂ ਅਮਰੀਕਾ ਦੇ ਪਾਸਕ ਵੀ ਨਹੀਂ ਹੈਗੇ ਆ ਮੈਨੂੰ ਦਰਦੀ ਚਾਹੀ ਪਾ ਉਹ ਅਮਰੀਕਾ ਨੂੰ امیر ਤੇ ਆਪਣੇ ਦੇਸ਼ ਨੂੰ ਗਰੀਬ ਸਮਝਦਾ ਹੈਗਾ ਤਾਂ ਇਸ ਤਰ੍ਹਾਂ ਜਿਹੜਾ ਹੈ ਬੰਤਾ ਵੀ ਜਿਹੜਾ ਭਵਿੱਖ ਦੇ ਵਧੀਆ ਸੁਪਨੇ ਦੇਖਣ ਲੱਗ ਜਾਂਦਾ ਹੈ ਉਹ ਸੋਚਦਾ ਹੈਗਾ ਵੀ ਉਹ ਵੀ ਆਪਣੇ ਪੁੱਤਰ ਨੂੰ ਵਧੀਆ ਪੜਾਊਗਾ ਤੇ ਫੇਰ ਉਹ ਵੀ ਵਧੀਆ ਜਿਹੜਾ ਹੈਗਾ ਭਵਿੱਖ ਦੇ ਸੁਪਨੇ ਲੈਂਦਾ ਹੈਗਾ ਤੇ ਇਸ ਤੋਂ ਬਾਅਦ ਹੈ ਅਗਲੀਆਂ ਸਵਾਰੀਆਂ ਆਉਂਦੀਆਂ ਹੈਗੀਆਂ ਨਾ ਜੋ ਅਗਲੀ ਸਵਾਰੀ ਆਉਂਦੀ ਹੈਗੀ ਆ ਉਹ ਜਲੰਧ ਬਸਟੇ ਜਾਣ ਵਾਲੀ ਸਵਾਰੀ ਹੁੰਦੀ ਹੈ ਤਾਂ ਉਹ ਉਹ ਸਵਾਰੀ ਸੀ ਜਿਹੜੀ ਉਸ ਨੂੰ ਬੰਤਾ ਇੱਕ ਤਨ ਪਹਿਲਾਂ ਵੀ ਲੈ ਕੇ ਆਇਆ ਸੀ ਤਾਂ ਉਹਦੇ ਉਦੋਂ ਉਸ ਦਿਨ ਉਹਦੇ ਹੱਥ ਵਿੱਚ ਤਾਨਪੁਰਾ ਸੀਗਾ ਤੇ ਉਹ ਉਸ ਗੱਲ ਉਸ ਬਾਰੇ ਬੰਤਾ ਉਹਦੇ ਨਾਲ ਗੱਲ ਕਰਦਾ ਹੈ ਤਾਂ ਉਹ ਕੁੜੀ ਦੱਸਦੀ ਹੈਗੀ ਵੀ ਹਾਂ ਵੀ ਮੈਂ ਤਾਨਪੁਰਾ ਲੈ ਕੇ ਗਈ ਸੀ ਕਿਉਂਕਿ ਉਹ ਜਲੰਧ ਰੇਡੀਓ ਸਟੇਸ਼ਨ ਤੇ ਉਸ ਦਾ ਪ੍ਰੋਗਰਾਮ ਹੁੰਦਾ ਹੈਗਾ ਤੇ ਉਹ ਉਸ ਨੂੰ 5 ਰੁਪਏ ਦੇਣ ਲੱਗਦੇ ਹੈ ਆਪਣੇ ਬਸਟੇ ਪਹੁੰਚ ਗਏ ਇਹ ਜਦੋਂ ਕੋਲ ਪਟੇ ਪੈਸੇ ਨਹੀਂ ਹੁੰਦੇ ਤਿੰਨ ਦਿਨ ਉਹਦੀ ਸੇਲੀ ਆ ਜਾਂਦੀ ਹੈ ਤਾਂ ਜਿਹੜਾ ਬੰਤਾ ਨੇ ਉਸਦੇ ਘਰਾਏ ਦੇ ਪੈਸੇ ਦੇ ਦਿੰਦੀ ਹੈਗੀ ਆ ਤੇ ਇਸ ਤਰ੍ਹਾਂ ਉਸ ਨੂੰ ਵੇਖ ਕੇ ਜਿਹੜਾ ਬੰਤਾ ਬੜਾ ਖੁਸ਼ ਹੁੰਦਾ ਵੀ ਕਿਸ ਤਰ੍ਹਾਂ ਜਿਹੜਾ ਹੈ ਕੁੜੀਆਂ ਦੇ ਵਿੱਚ ਵੀ ਟੈਲੈਂਟ ਹੁੰਦਾ ਹੈਗਾ ਤੇ ਉਸ ਤੋਂ ਇਲਾਵਾ ਉਸ ਨੂੰ ਜਿਹੜਾ ਬੰਤਾ ਹੈ ਉਹ ਇੱਕ ਅਣਖ ਵਾਲਾ ਵਿਅਕਤੀ ਹੈਗਾ ਉਹ ਕਹਿੰਦਾ ਵੀ ਜਿਹੜੀ ਸਵਾਰੀ ਮੇਰੀ ਰਿਕਸ਼ੇ ਰਿਕਸ਼ੇ 'ਚ ਬੈਠ ਜਵੇ ਫਿਰ ਮੈਂ ਉਹਦੀ ਜਿਹੜੀ ਹੈ ਰਾਖੀ ਕਰਨਾ ਮੇਰੀ ਡਿਊਟੀ ਹੈਗੀ ਆ ਉਹ ਜਿਹੜਾ ਸੋਚਦਾ ਹੈ ਵੀ ਕਿਸ ਤਰ੍ਹਾਂ ਸਕੂਲ ਜਾਂਦੀਆਂ ਦੋ ਕੁੜੀਆਂ ਉਹ ਰੋਜ਼ ਸਵੇਰੇ ਸ਼ਾਮ ਸਕੂਲ ਛੱਡਦਾ ਤੇ ਲਿਆਉਂਦਾ ਹੈਗਾ ਤੇ ਇੱਕ ਦਿਨ ਕਹਿੰਦਾ ਉਹਨਾਂ ਦੇ ਰਿਕਸ਼ੇ ਦੇ ਨਾਲ ਹੀ ਦੋ ਮੁੰਡੇ ਜਿਹੜਾ ਹੈਗਾ ਸਾਈਕਲ ਤੇ ਉਹਨਾਂ ਦੇ ਨਾਲ-ਨਾਲ ਆਉਣ ਲੱਗੇ ਤੇ ਗਾਣੇ ਗਾਉਣ ਲੱਗ ਪਏ ਤਾਂ ਬੰਤਾ ਨੂੰ ਬੜਾ ਗੁੱਸਾ ਆਇਆ ਤੇ ਉਹ ਆਪਣੇ ਰਿਕਸ਼ੇ ਤੋਂ ਥੱਲੇ ਉੱਤਰਿਆ ਤੇ ਉਸਨੇ ਜਿਹੜਾ ਹੈ ਮੁੰਡਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਇੱਕ ਮੁੰਡਾ ਤਾਂ ਭੱਜ ਗਿਆ ਤੇ ਦੂਜਾ ਮੁੰਡਾ ਉਸਦੇ ਮੋਢੇ ਤੇ ਧੱਫਾ ਮਾਰ ਕੇ ਜਿਹੜਾ ਹੈ ਉਹਨਾਂ ਨੇ ਵੀ ਸਾਈਕਲ ਭਜਾ ਲਿਆ ਤਾਂ ਫੇਸ ਤੇ ਕੁੜੀਆਂ ਖੁਸ਼ ਹੋਣ ਦੀ ਬਜਾਏ ਦੁਖੀ ਹੋਈਆਂ ਤੇ ਉਹਨੂੰ ਕੀ ਕਿਹਾ ਵੀ ਤੂੰ ਆਹ ਹਾਰ ਡਰਾਮਾ ਨਹੀਂ ਸੀ ਕਰਨਾ ਵੀ ਸਾਡੇ ਲੋਕਾਂ ਸਾਹਮਣੇ ਸਾਡਾ ਜਲੂਸ ਕੱਢ ਦਿੱਤਾ ਤੇ ਕਈ ਵਾਰ ਜਿਹੜਾ ਬੰਤ ਤੈਨੂੰ ਸੋਚਣਾ ਤੇ ਮਜਬੂਰ ਹੋਣਾ ਪੈਂਦਾ ਵੀ ਜਿਹੜਾ ਹੈ ਆਪਣਾ ਰੋਜ਼ਗਾਰ ਚਲਾਉਣ ਲਈ ਕਈ ਵਾਰ ਆਪਣੇ ਅਣਖ ਵੀ ਮਾਰਨੀ ਪੈਂਦੀ ਹੈਗੀ ਆ ਤੇ ਫੇਰ ਹੁਣ ਇਸ ਤੋਂ ਇਲਾਵਾ ਉਹ ਅਗਲੀ ਨਜੜੀਆਂ ਸਵਾਰੀਆਂ ਤੱਕ ਪਹੁੰਚਦਾ ਹੈਗਾ ਤੇ ਜਿਹੜੀਆਂ ਸਵਾਰੀਆਂ ਨੇ ਕੋਈ ਵੀ ਹੋਵੇ ਉਹਦੇ ਨਾਲ ਭਾਅ ਵੀ ਕਰਦੀਆਂ ਨੇ ਤੇ ਹਮੇਸ਼ਾ ਹੀ ਜਿੰਨੇ ਪੈਸੇ ਮੰਗਦਾ ਉਹਦੇ ਨਾਲ ਘੱਟ ਦਿੰਦੀਆਂ ਨੇ ਹੁਣ ਬੰਤਾ ਕੀ ਕਹਿੰਦਾ ਉਹਦਾ ਜੀ ਤਾਂ ਕਰਦਾ ਨਹੀਂ ਹੈਗਾ ਕਿਸੇ ਤੋਂ ਵੱਧ ਪੈਸੇ ਲੈਣ ਲਈ ਜਾਇ ਜਾਇਸ ਪੈਸੇ ਮੰਗਦਾ ਪਰ ਉਹਨੂੰ ਕੀ ਕਰੇ ਕਹਿੰਦਾ ਵੀ ਮਹਿੰਗਾਈ ਹੈਗੀ ਆ ਵੀ ਮੈਂ ਵੀ ਕੀ ਕਰ ਸਕਦਾ ਹੈਗਾ ਵੀ ਮੇਰਾ ਵੀ ਜਿਹੜਾ ਹੈ ਇਹਦੇ ਨਾਲ ਜਿਹੜਾ ਹੈਗਾ ਗੁਜ਼ਾਰਾ ਨਹੀਂ ਹੁੰਦਾ ਤੇ ਇਸ ਤਰ੍ਹਾਂ ਜਿਹੜਾ ਹੈ ਉਸ ਨੂੰ ਉਹ ਗੱਲ ਯਾਦ ਆਉਂਦੀ ਹੈ ਕਿ ਕਿਸ ਤਰ੍ਹਾਂ ਉਸ ਤੋਂ ਪਹਿਲੇ ਦਿਨ ਮਤਲਬ 31 ਦਸੰਬਰ ਨੂੰ ਮੈਨੂੰ ਦੋ ਸ਼ਰਾਬੀ ਸਵਾਰੀਆਂ ਮਿਲ ਗਈਆਂ ਜਿਨ੍ਹਾਂ ਦੀ ਕਾਰ ਕਲੱਬ ਦੇ ਵਿੱਚ ਹੀ ਖੜੀ ਕਰਨੀ ਪਈ ਕਿਉਂਕਿ ਉਹ ਖਰਾਬ ਹੋ ਗਈ ਸੀ ਤੇ ਉਹਨਾਂ ਰਸਤੇ ਵਿੱਚ ਬੰਤਾ ਮਿਲ ਗਿਆ ਤੇ ਉਹਨਾਂ ਨੇ ਕਾਰ ਪਹੁੰਚਾਣ ਦਾ 1 ਰੁਪਿਆ ਉਹਨੂੰ ਬੜੀ ਖੁਸ਼ੀ-ਖੁਸ਼ੀ ਦੇ ਦਿੱਤਾ ਸੀ ਤੇ ਉੱਥੇ ਹੀ ਪਤਾ ਲੱਗਿਆ ਸੀ ਵੀ ਨਵਾਂ ਮਸਾਲ ਚੜ ਰਿਹਾ ਹੈਗਾ ਤੇ ਫੇਰ ਜਿਹੜਾ ਹੈਗਾ ਬੰਤਾ ਕਿਉਂਕਿ ਸਵੇਰ ਤੋਂ ਨੇ ਚਾਹ ਨਹੀਂ ਸੀ ਪੀਤੀ ਹੋਈ ਬਿਨਾ ਚਾਹ ਪੀਤੇ ਵਿਚਾਰਾ 8:30 ਵਜੇ ਤੱਕ ਸਵਾਰੀਆਂ ਇੱਧਰੋਂ ਤੋਂ ਉੱਧਰ ਢੋਹਦਾ ਰਿਹਾ ਹੈਗਾ ਤੇ 8:30 ਵਜੇ ਉਹ ਚਾਹ ਦੀ ਦੁਕਾਨ ਤੇ ਜਾਂਦਾ ਹੈ ਤੇ ਉੱਥੇ ਫਿਰ ਚਾਹ ਵੀ ਪੀਂਦਾ ਹੈ ਅਤੇ ਉਹ ਬ੍ਰੈਡ ਵੀ ਖਾਂਦਾ ਹੈ ਤੇ ਸਿਗਰਟਾਂ ਦੇ ਡੱਬੇ ਵੀ ਪੀਂ ਲੈਂਦਾ ਹੈਗਾ ਤੇ ਉੱਥੇ ਉਹ ਅਖਬਾਰ ਲੈ ਕੇ ਵੀ ਉਹਦੀਆਂ ਖਬਰਾਂ ਪੜ੍ਹਦਾ ਹੈਗਾ ਤੇ ਇਸ ਤਰ੍ਹਾਂ ਜਿਹੜਾ ਹੈ ਉਹ ਅ ਦੁਕਾਨ ਦੇ ਜਿਹੜਾ ਹੈ ਦੁਕਾਨਦਾਰ ਨੂੰ ਦੱਸਦਾ ਵੀ ਅੱਜ ਨਵਾਂ ਸਾਲ ਚੜਿਆ ਤੇ ਫਿਰ ਅਖਬਾਰ 'ਚੋਂ ਕਈ ਤਰ੍ਹਾਂ ਦੀਆਂ ਖਬਰਾਂ ਪੜ੍ਹ ਕੇ ਸੁਣਾਉਂਦਾ ਜਿਹਦੇ ਵਿੱਚ ਇੱਕ ਤਾਂ ਮਹਿੰਗਾਈ ਵਾਰਸ ਵੀ ਮਹਿੰਗਾਈ ਹੋ ਗਈ ਤੇ ਕੀਮਤਾਂ ਹੋਰ ਵਧ ਗਈਆਂ ਇੱਕ ਕਿਸ਼ਤੀ ਡੁੱਬ ਗਈ ਜਿਹਦੇ ਵਿੱਚ ਬੰਦੇ ਸਵਾਰ ਸਿਓ ਮਾਰ ਗਏ ਇਸ ਤੋਂ ਇਲਾਵਾ ਵੀ ਠੰਡ ਦੇ ਨਾਲ ਇਸ ਤਰ੍ਹਾਂ ਲੋਕ ਮਰ ਗਏ ਇਸ ਤਰ੍ਹਾਂ ਦੀਆਂ ਕਈ ਗੱਲਾਂ ਉਹ ਖਬਰਾਂ ਸੁਣਾਉਂਦਾ ਹੈ ਤੇ ਇਹ ਵੀ ਦੱਸਦਾ ਵੀ ਜੇ ਨਵਾਂ ਸਾਲ ਚੜਿਆ ਹੈਗਾ ਤਾਂ ਉਹ ਜਿਹੜਾ ਚਾਹ ਵਾਲਾ ਹੁੰਦਾ ਉਹਨੂੰ ਵੀ ਇਸ ਚੀਜ਼ ਦਾ ਬਹੁਤਾ ਮਹੱਤਵ ਨਹੀਂ ਪਤਾ ਹੁੰਦਾ ਤੇ ਇਹ ਗੱਲਾਂ ਤੋਂ ਬਾਅਦ ਜਿਹੜਾ ਹੈ ਉਹ ਆਪਣਾ ਰਿਕਸ਼ਾ ਚਲਾਉਂਦਾ ਹੈਗਾ ਹੁਣ ਅਗਲੀ ਗੱਲ ਉਹ ਕੀ ਕਹਿੰਦਾ ਵੀ ਰਿ ਸਕ ਲੱਭਣਾ ਹੁਣ ਮੈਂ ਤਾਂ ਮੇਰੇ ਕੋਲ ਗੱਲਾਂ ਦਾ ਬਹੁਤਾ ਟਾਈਮ ਨਹੀਂ ਹੈਗਾ ਦੇਉ ਕੀ ਕਹਿੰਦਾ ਹੈਗਾ ਵੀ ਰਿਜ਼ਕ ਆਪਣੇ ਕਰਮਾਂ ਦੀ ਗੱਲ ਹੁੰਦੀ ਹੈ ਕਈਆਂ ਨੂੰ ਤਾਂ ਬੈਠੇ ਮਿਠਾਏ ਰਿਜ਼ਕ ਮਿਲ ਜਾਂਦਾ ਹੈ ਉਹ ਸੋਚਦਾ ਹੈ ਜੀ ਮੈਂ ਜਿਹੜਾ ਵਿਅਕਤੀ ਦਾ ਰਿਕਸ਼ਾ ਉਹ ਕਿਰਾਏ ਤੇ ਲੈ ਕੇ ਬਾਹਰ ਇਹ ਹੱਸੀਗਾ ਵੀ ਉਹਨੇ ਕਈ ਰਿਕਸ਼ੇ ਖਰੀਦੇ ਹੋਏ ਨੇ ਤੇ ਫਿਰ ਉਹਨੂੰ ਬੈਠੇ ਮਿਠਾਏ ਕਿਰਾਇਆ ਮਿਲ ਜਾਂਦਾ ਹੈ ਜਿੰਨੇ ਜਿਹੜੇ ਕਿਰਾਇਆ ਰਿਕਸ਼ਾ ਬੋਂਦੇ ਹੈਗੇ ਰਿਕਸ਼ਾ ਚਾਲਕ ਤਾਂ ਉਹ ਕਹਿੰਦਾ ਵੀ ਉਹਨੇ ਤਾਂ ਖਬਰਾਂ ਕਿੰਨੇ ਕ ਵਧੀਆ ਕੰਮ ਕੀਤੇ ਹੋਣਗੇ ਤੇ ਲੇਕ ਬੰਤਾ ਇਹ ਵੀ ਕਹਿੰਦਾ ਵੀ ਮੈਂ ਉਹਨੂੰ ਕਦੇ ਕੰਮ ਕਰਦੇ ਨਹੀਂ ਦੇਖਿਆ ਪਾਠ ਕਰਦੇ ਤਾਂ ਦੇਖਿਆ ਹੈਗਾ ਤਾਂ ਫਿਰ ਵੀ ਉਹ ਸੋਚਦਾ ਹੈ ਵੀ ਚਲੋ ਜੋੜੀ ਮੈਨੂੰ ਜੁਨੀ ਮਿਲੇ ਹੈ ਉਹ ਵੀ ਵਧੀਆ ਹੈ ਦੇ ਉਹ ਕੰਮ ਕਰਨ ਦੇ ਵਿੱਚ ਹੀ ਵਿਸ਼ਵਾਸ ਕਰਦਾ ਹੈ ਤੇ ਇਹਦੇ ਨਾਲ ਹੀ ਉਹਨੂੰ ਲੱਗਦਾ ਵੀ ਮੇਰਾ ਜੀ ਜ਼ਿੰਦਗੀ ਦਾ ਪਈਆ ਕੰਮ ਕਰਨ ਦੇ ਨਾਲ ਹੀ ਜਿਹੜਾ ਹੈ ਚੱਲ ਸਕਦਾ ਹੈ ਫਿਰ ਉਸ ਤੋਂ ਬਾਦ ਉਸ ਨੂੰ ਦੋ ਸਵਾਰੀਆਂ ਮਿਲਦੀਆਂ ਨੇ ਜਿਹਦੇ ਵਿੱਚ ਤਿੰਨ ਤਿੰਨ ਬੱਚੇ ਵੀ ਹੁੰਦੇ ਨੇ ਤੇ ਉਹਨਾਂ ਕੋਲ ਕਾਫੀ ਸਾਰਾ ਸਮਾਨ ਹੁੰਦਾ ਹੈ ਤੇ 2 ਰੁਪਏ ਮੰਗਦਾ ਹੈਗਾ ਉਹਨਾਂ ਨੇ ਜਾਣਾ ਸੀਗਾ ਕਾਫੀ ਕਟੜਾ ਦੂਲੋ ਗਲੀ ਮਾਸਤਰਾ ਤੇ ਦੋ ਰੁਪਏ ਮੰਗਦਾ ਹੈਗਾ ਪਰ ਉਹ ਦੇਣ ਨੂੰ ਤਿਆਰ ਨਹੀਂ ਹੁੰਦੀਆਂ ਪਰ ਉਹ ਕਹਿੰਦੇ ਤੁਹਾਡੇ ਕੋਲ ਸਮਾਨ ਇੰਨਾ ਹੈਗਾ ਉਹ ਕਹੇ ਹੋ ਰਿਕਸ਼ੇ ਵਾਲਾ ਕੋਲ ਪੁੱਛ ਕੇ ਆਉਂਦੇ ਨੇ ਤੇ ਵਾਪਸ ਤੇ ਵਾਪਸੀ ਤੇ ਫੇਰ ਆ ਕੇ ਉਹਦੇ ਰਿਕਸ਼ੇ ਦੇ ਉੱਤੇ ਬੈਠ ਜਾਂਦੇ ਨੇ ਤੇ ਕਿਉਂਕਿ ਪਿੱਛੇ ਜਗ੍ਹਾ ਨਹੀਂ ਹੁੰਦੀ ਦੋ ਰੋਣਾਂ ਦੇ ਬੈਠ ਕੇ ਦੋ ਬੱਚੇ ਵੀ ਚੱਕ ਲਿਆ ਹਨ ਤਾਂ ਇੱਕ ਬੱਚਾ ਫਿਰ ਉਹਨੂੰ ਬੰਤ ਤੇ ਨੂੰ ਆਪਣੇ ਅੱਗੇ ਬਿਠਾਉਣਾ ਪਿਆ ਤੇ ਉਹ ਬੱਚਾ ਬੜਾ ਖੁਸ਼ ਹੋਇਆ ਅੱਗੇ ਬੈਠ ਕੇ ਤੇ ਉਹਨੇ ਬੰਤ ਤੇ ਨਾਲ ਗੱਲਾਂ ਕੀਤੀਆਂ ਵੀ ਤੇਰਾ ਨਾਂ ਕੀ ਹੈ ਉਹਨੇ ਦੱਸਿਆ ਵੀ ਮੇਰਾ ਨਾਂ ਰਮਨ ਹੈ ਤਾਂ ਉਹਦੇ ਨਾਲ ਗੱਲਾਂ ਕਰਕੇ ਬੰਤਨ ਆਪਣਾ ਪੁੱਤਰ ਫੁੰਮਣ ਜਿਆਦਾ ਗਿਆ ਉਹਦੇ ਘਰ ਵੀ ਦੋ ਬੇਟੀਆਂ ਸੀਗੀਆਂ ਉਸ ਤੋਂ ਬਾਅਦ ਜਿਹੜਾ ਹੈ ਫੁੰਮਣ ਦਾ ਪੈਦਾ ਹੋਇਆ ਤਾਂ ਇਸ ਤਰ੍ਹਾਂ ਜਿਹੜਾ ਹੈ ਹੌਲੀ-ਹੌਲੀ ਉਹਦੇ ਨਾਲ ਗੱਲਾਂ ਕਰਦਾ ਰਿਹਾ ਤੇ ਫੇਰ ਉਹ ਉਹਨਾਂ ਕੋਲ ਜਿਹੜਾ ਹੈ ਆਪਣਾ ਉਹਨਾਂ ਨੂੰ ਆਪਣੇ ਸਥਾਨ ਤੇ ਛੱਡ ਕੇ ਜਿਹੜਾ ਹੈ ਇੱਕ ਹੋਰ ਸਵਾਰੀ ਮਿਲ ਜਾਂਦੀ ਹੈ ਗੁਰੂ ਰਾਮਦਾਸ ਜੀ ਤੇ ਉੱਥੇ ਜਿਹੜਾ ਹੈ ਉਹ ਇਹ ਜਿਹੜਾ ਅਗਲੀ ਸਵਾਰੀ ਮਿਲਦੀ ਹੈ ਕਿ ਨਵਾਂ ਵਿਆਹ ਜੋੜਾ ਸੀਗਾ ਜਿਹੜਾ ਆਪਸ ਦੇ ਵਿੱਚ ਕਾਫੀ ਗੱਲਾਂ ਕਰ ਰਿਹਾ ਸੀਗਾ ਤੇ ਫਿਲਮ ਜਾਣ ਦੀ ਗੱਲ ਵੀ ਕਰਦੇ ਸੀਗੇ ਤੇ ਇਸ ਤੋਂ ਇਲਾਵਾ ਜਿਹੜੀ ਪਤਨੀ ਕਹਿੰਦੀ ਹੈਗੀ ਆ ਵੀ ਤੁਸੀਂ ਫਿਰ ਫਿਲਮ ਦੇਖਣਦੇ ਆਂ ਨਾ ਸ਼ੌਂਕ ਆ ਤਾਂ ਘਰ ਟੈਲੀਵਿਜ਼ਨ ਦਾ ਹੈ ਉਹ ਤਾਂ ਫਿਰ ਉਹ ਆਪਸ ਦੇ ਵਿੱਚ ਕਾਫੀ ਕਰੇਲੂ ਗੱਲਾਂ ਕਰਦੇ ਨੇ ਤੇ ਉਸਦੀ ਪਤਨੀ ਕਹਿੰਦੀ ਹੈ ਵੀ ਆਪਾਂ ਗਰਮੀਆਂ 'ਚ ਤਾਂ ਜਿਹੜਾ ਹੈ ਪਹਾੜਾਂ 'ਤੇ ਚੱਲਾਂਗੇ ਤਾਂ ਪਤੀ ਮੰਨ ਜਾਂਦਾ ਹੈ ਵੈਸੇ ਤਾਂ ਪਰ ਫਿਰ ਪਤਾ ਹੀ ਹੁੰਦਾ ਵੀ ਬਹਾਨੇ ਲਾ ਕੇ ਉਸਾਰ ਵੀ ਦੇਣਾ ਹੁੰਦਾ ਹੈਗਾ ਤੇ ਫਿਰ ਉਸ ਤੋਂ ਇਲਾਵਾ ਜਿਹੜਾ ਹੈ ਪਤਨੀ ਕੇ ਪਤਨੀ ਕਹਿੰਦੀ ਹੈਗੀ ਵੀ ਆਪਾਂ ਸ਼ਾਮੂ ਜਿਹੜਾ ਹੈ ਪੇਕੇ ਘਰ ਜਾਣਾ ਕਿਉਂਕਿ ਉਹ ਸ਼ਹਿਰ ਦੇ ਵਿੱਚ ਹੀ ਉਹਦੇ ਪੇਕੇ ਹੁੰਦੇ ਨੇ ਤਾਂ ਫਿਰ ਉਹ ਪਤੀ ਜਿਹੜਾ ਬਹੁਤਾ ਨਹੀਂ ਚਾਹੁੰਦਾ ਕਹਿੰਦਾ ਵੀ ਹਰ ਰੋਜ਼ ਨਹੀਂ ਜਾਣਾ ਚਾਹੀਦਾ ਪਰ ਉਹ ਨੂੰ ਚਲੋ ਆਪਸੀ ਜਿਹੜਾ ਕਰੇ ਲੂ ਗੱਲਾਂ ਕਰਦੇ ਹੈਗੇ ਨੇ ਤੇ ਅ ਇੱਥੇ ਜਿਹੜਾ ਬੰਤੇ ਨੂੰ ਵੀ ਆਪਣਾ ਪਰਿਵਾਰ ਜਿਉਂਦਾ ਨਾ ਹੋਵੇ ਕਿ ਉਸ ਤਰ੍ਹਾਂ ਜਿਹੜਾ ਹੈ ਉਸਦੀ ਪਤਨੀ ਘਰ ਦੇ ਲਈ ਬਹੁਤ ਮਿਹਨਤ ਕਰਦੀ ਹੈਗੀ ਆ ਤੇ ਪਰ ਉਹਦੀ ਜਿਹੜੀ ਮਾਂ ਹੈ ਉਹ ਵੀ ਉਹਨੂੰ ਯਾਦ ਆਉਂਦੀ ਹੈ ਵੀ ਉਹਦੀ ਮਾਂ ਹੈ ਸੱਸ ਨੂੰ ਉਹਦੀ ਬਹੁਤੀ ਬਣਦੀ ਨਹੀਂ ਇਸ ਕਰਕੇ ਉਹ ਪਿੰਡ ਰਹਿੰਦੀ ਹੈ ਤੇ ਉਹ ਕਹਿੰਦੀ ਹੈ ਵੀ ਮੈਂ ਪਿੰਡ ਰਹਿ ਲੂੰਗੀ ਕਿਸਦੇ ਭਾਂਡੇ ਮਾਂ ਦੇ ਨੂੰ ਪਰ ਮੈਂ ਇਦੇ ਕੋਲ ਨਹੀਂ ਰਹਿਣਾ ਤੇ ਜਿਹੜਾ ਬੰਤਾ ਹੈ ਆਪਣੀ ਮਾਂ ਨੂੰ ਪਿੰਡ ਛੱਡਿਆ ਹੁੰਦਾ ਹੈ ਤੇ ਉੱਥੇ-ਉੱਥੇ ਅੱਖਾਂ ਦਾ ਆਪਰੇਸ਼ਨ ਵੀ ਕਰਵਾਇਆ ਤੇ ਬੰਤਾ ਹਰ ਸੰਭਵ ਜਿਹੜੀ ਹੈ ਮਦਦ ਆਪਣੀ ਮਾਂ ਦੀ ਕਰਦਾ ਹੈ ਉਹਨੂੰ ਰੁਪਈਏ ਵਗੈਰਾ ਦੇ ਆਉਂਦਾ ਹੈਗਾ ਤੇ ਇਸ ਤੋਂ ਇਲਾਵਾ ਹੁਣ ਫਿਰ ਬੰਤੇ ਦਾ ਵੀ ਚੀ ਕਰਦਾ ਹੈ ਕਿਉਂਕਿ ਉਸ ਦਾ ਨਵਾਂ ਸਾਲ ਸੀਗਾ ਤੇ ਉਸ ਤੋਂ ਇਲਾਵਾ ਗੁਰੂ ਗੁਰਪੁਰਬ ਸੀਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਵੀ ਸੀਗਾ ਤੇ ਉਸ ਦਾ ਜੀ ਕਰਦਾ ਸੀਗਾ ਵੀ ਅੱਜ ਮੈਂ ਵੀ ਮੱਥਾ ਟੇਕ ਕੇ ਆਵਾਂ ਪਰ ਇੰਨੀ ਦੇਰ ਨੂੰ ਉਹਨੂੰ ਕੋ ਹੋਰ ਸਵਾਰੀ ਮਿਲ ਜਾਂਦੀ ਹੈਗੀ ਆ ਜਿਹੜੀ ਕਹਿੰਦੀ ਆ ਵੀ ਚੱਲ ਬਈ ਅਸੀਂ ਜਾਣਾ ਹੈਗਾ ਇੱਥੇ ਕੀ ਕਹਿੰਦੇ ਨੇ ਬਈ ਅਗਲੇ ਆਪਣੇ ਉਦਦ ਤੇ ਪਾਰ ਰਾਮਾਨੰਦ ਬਾ ਜਦੋਂ ਬੰਤਾਂ ਨੂੰ ਕਹਿੰਦਾ ਵੀ ਮੈਂ ਤਾਂ ਮੱਥਾ ਟੇਕ ਕੇ ਆਉਣਾ ਕਹਿੰਦਾ ਨਹੀਂ ਵੀ ਬਹੁਤ ਢੀੜਾ ਜੇ ਤਾਂ ਵੀ ਬਾਅਦ ਚ ਚੱਲਾਂਗੇ ਚਲੇ ਜਾਈਂ ਤੂੰ ਸਾਨੂੰ ਪਹਿਲਾਂ ਛੱਡਿਆ ਤਾਂ ਉਹ ਮੀਆਂ بیوی ਹੈਗੇ ਨੇ ਉਹਨਾਂ ਨੇ ਚੰਗੇ ਕੱਪੜੇ ਪੈਨੇ ਹੋਏ ਨੇ ਉਹਨਾਂ ਕੋਲ ਬੋਦੀ ਦੋ ਕੁ ਮਹੀਨਿਆਂ ਦਾ ਬੱਚਾ ਚੁੱਕਿਆ ਹੋਇਆ ਹੁੰਦਾ ਤੇ ਉਹ ਉਹਨੂੰ ਜਿਹੜਾ ਹੈ ਲੈ ਜਾਂਦੇ ਨੇ ਰਾਮਾਨੰਦ ਬਾਗ ਛੱਡਣ ਨੂੰ ਉਹਨੂੰ ਜਾਂਦਾ ਹੈ ਕਿ ਤੇ ਉਹ ਮੀਆਂ بیوی ਬੜੀਆਂ ਆਪਸ ਵਿੱਚ ਗੱਲਾਂ ਕਰਦੇ ਹੈਗੇ ਨੇ ਕਿਉਂਕਿ ਉਹਨਾਂ ਦੀਆਂ ਪੰਜ ਕੁੜੀਆਂ ਉੱਪਰੋਂ ਦੀ ਹੁੰਦਾ ਹੋਇਆ ਹੁੰਦਾ ਤੇ ਬੜਾ ਖੁਸ਼ ਹੁੰਦਾ ਹੈ ਜਿਹੜਾ ਪਤੀ ਹੁੰਦਾ ਤੇ ਉਹ ਮੰਤੇ ਨੂੰ ਕਹਿੰਦਾ ਹੈਗਾ ਵੀ ਕੋਈ ਗੱਲ ਨਹੀਂ ਜਿੰਨਾ ਤਰਜੀ ਕਰੇ ਓਨਾ ਕਰਾ ਲੈਨੀ ਪਰ ਮੰਤ ਤਾਂ ਕਹਿੰਦਾ ਵੀ ਮੈਂ ਤਾਂ ਆਪਣੇ ਹੱਕ ਦਾ ਹੀ ਲੈਣ ਲਵਾਂਗਾ ਉਹਨੇ 75 ਪੈਸੇ ਮੰਗੇ ਤਾਂ ਫਿਰ ਉਹ ਜਾਂਦਿਆ ਹਾ ਉਹਨੂੰ ਜਿਹੜਾ 1 ਰੁਪਇਆ ਦੇ ਗਿਆ ਤੇ ਉਹ ਵਿਅਕਤੀ ਮੰਤੇ ਨੂੰ ਕਹਿੰਦਾ ਵੀ ਮੇਰੇ ਕੋਲ ਇੰਨਾ ਜ਼ਮੀਨਾਂ ਜਾਇਦਾਦਾਂ ਨੇ ਵੀ ਭਾਵੇਂ ਮੇਰੇ ਪੰਜ ਮੁੰਡੇ ਹੁੰਦੇ ਵੀ ਉਹ ਵੀ ਵਰਤ ਲੈਣ ਤਾਂ ਵੀ ਘਟਣੀ ਸੀਗਾ ਤਾਂ ਇਸ ਤਰ੍ਹਾਂ ਜਿਹੜਾ ਹੈ ਅ ਉਹ ਜਿਹੜਾ ਮਰਦ ਹੈ ਉਹ ਆਪਣੀ ਪਤਨੀ ਨੂੰ ਕਹਿੰਦਾ ਵੀ ਜੇ ਘਰ ਮੁੰਡਾ ਨਾ ਹੁੰਦਾ ਤਾਂ ਮੈਂ ਆਪਣੇ ਪੰਜਾਂ ਕੁੜੀਆਂ ਨੂੰ ਜ਼ਮੀਨ ਦੇ ਦੇਣੀ ਸੀ ਉਹਦੇ ਨਾਂ ਲਵਾ ਲੈਣੇ ਸੀ ਪਰ ਉਹ ਪਤਨੀ ਕੀ ਕਹਿੰਦੀ ਆ ਵੀ ਜਦੋਂ ਉਹਦੇ ਮੁੰਡਾ ਹੋਇਆ ਨਹੀਂ ਸੀ ਉਹ ਤਾਂ ਤੁਸੀਂ ਕਹਿੰਦੇ ਸੀ ਮੈਂ ਮੁੰਡਾ ਨਹੀਂ ਹੈਗਾ ਮੈਂ ਦੂਜਾ ਵਿਆਹ ਕਰਾ ਲੈਣਾ ਪਰ ਉਹ ਕਹਿੰਦਾ ਵੀ ਨਹੀਂ ਮੈਂ ਤਾਂ ਸਿਰਫ ਤੈਨੂੰ ਮਜ਼ਾਕ ਹੀ ਕਰਦਾ ਸੀਗਾ ਵੀ ਮੈਂ ਇਸ ਤਰ੍ਹਾਂ ਨਹੀਂ ਕਰਦਾ ਕਰਨਾ ਸੀਗਾ ਤੇ ਇਸ ਤੋਂ ਅਲਾਵਾ ਹੁਣ ਬੰਦ ਤੈਨੂੰ ਵੀ ਯਾਦ ਆਉਣਾ ਤੇ ਜਦੋਂ ਉਹ ਮਰਦ ਕਹਿੰਦਾ ਹੈਗਾ ਵੀ ਨਹੀਂ ਹੁਣ ਤਾਂ ਕੁੜੀਆਂ ਨੂੰ ਵੀ ਜਿਹੜਾ ਹੈ ਉੰਨੀਆਂ ਹੀ ਵਾਰਸ ਨੇ ਜਿੰਨੇ ਇੱਕ ਮੁੰਡੇ ਨੇ ਵੀ ਕੁੜੀਆਂ ਨੂੰ ਵੀ ਵਧੀਆ ਪੜਾਉਣਾ ਲਿਖਾਉਣਾ ਚਾਹੀਦਾ ਤੇ ਬੰਤਾ ਵੀ ਸੋਚਦਾ ਵੀ ਮੈਂ ਵੀ ਆਪਣੀਆਂ ਕੁੜੀਆਂ ਨੂੰ ਵਧੀਆ ਪੜਾਵਾਂਗਾ ਜਿੰਨਾ ਉਹਨੂੰ ਪੜਾਵਾਂਗਾ ਤੇ ਇਸ ਤਰ੍ਹਾਂ ਉਹ ਵੀ ਜਿਹੜਾ ਆਪਣੇ ਆਪ ਨੂੰ ਜਿਹੜਾ ਹੈ ਮਾਡਰਨ ਸਮਝਣ ਲੱਗ ਜਾਂਦਾ ਹੁੰਦਾ ਹੈਗਾ ਤੇ ਬਾਅਦ ਵਿੱਚ ਆਪਣੇ ਆਪ ਨੂੰ ਵੀ ਕਹਿੰਦਾ ਹੈਗਾ ਕਿ ਤੂੰ ਤਾਂ ਸੱਚਮੁੱਚ ਨਵੀਆਂ ਗੱਲਾਂ ਕਰੀ ਜਾਂਦਾ ਬੰਤੇ ਆ ਸ਼ਾਬਾਸ਼ ਏ ਤੇਰੇ ਤੇਸ ਤੋਂ ਬਾਅਦ ਫਿਰ ਜਿਹੜੋ ਮੀਆਂ ਵੀ ਵੀ ਹੈਗੇ ਨੇ ਆਪਣੀ ਬੇਟੀ ਸਵਰਨੀ ਹੈ ਉਹਦਾ ਨਾਮ ਹੈ ਉਹਦੇ ਲਈ ਕਿਸੇ ਮੁੰਡੇ ਦੀ ਜਿਹ ਰਿਸ਼ਤੇ ਦੀ ਗੱਲ ਚੱਲਣੀ ਚੱਲੀ ਹੈਗੀ ਆ ਤਾਂ ਉਹਦੇ ਬਾਰੇ ਗੱਲ ਕਰਦੇ ਨੇ ਤੇ ਪਤਨੀ ਨੂੰ ਕਾਹਲੀ ਹੁੰਦੀ ਆ ਵੀ ਇਹ ਵਧੀਆ ਰਿਸ਼ਤਾ ਹੈਗਾ ਬਈ ਰਿਸ਼ਤਾ ਕਰ ਦੇਣਾ ਚਾਹੀਦਾ ਹੈ ਪਰ ਜਿਹੜਾ ਪਤੀ ਕੀ ਕਹਿੰਦਾ ਹੈ ਵੀ ਨਹੀਂ ਆਪਾਂ ਜਿਹੜਾ ਹੈ ਅਜੇ ਪੜਨ ਦੇ ਗੁੱਡੀ ਨੂੰ ਦਿਲ ਲਾ ਕੇ ਕੋਈ ਵਧੀਆ ਰਿਸ਼ਤਾ ਫੇਰ ਲੱਭ ਜੂਗਾ ਤਾਂ ਇਸ ਤਰ੍ਹਾਂ ਜਿਹੜਾ ਹੈ ਪਤੀ ਨੂੰ ਸ਼ੌਕ ਹੈਗਾ ਵੀ ਜਿਹੜਾ ਉਹਦੇ ਬੱਚੇ ਵੀ ਪੜ੍ਹਨੇ ਇੱਥੇ ਤੱਕ ਉਹ ਆਪਣੀ ਪਤਨੀ ਨੂੰ ਵੀ ਮਜ਼ਾਕ ਵਿੱਚ ਕਹਿੰਦਾ ਵੀ ਤੂੰ ਵੀ ਹੁਣ ਪੜਾਣ ਲੱਗ ਜਾ ਤਾਂ ਇਸ ਤਰ੍ਹਾਂ ਚਲੋ ਉਹਨਾਂ ਦਾ ਟਾਈਮ ਲੰਘ ਜਾਂਦਾ ਹੈਗਾ ਤੇ ਉਹ 1 ਰੁਪਿਆ ਦੇ ਕੇ 75 ਪੈਸੇ ਦੀ ਥਾਂ ਤੇ 1 ਰੁਪਿਆ ਦੇ ਕੇ ਜਿਹੜਾ ਹੈ ਚਲੇ ਜਾਂਦੇ ਨੇ ਤੇ ਵਾਪਸ ਦੇ ਵਿੱਚੋਂ 25 ਪੈਸੇ ਉਹ ਨਹੀਂ ਲੈਂਦੇ ਹੈਗੇ ਤਾਂ ਇਸ ਤਰ੍ਹਾਂ ਰੂਹ ਵਾਲਾ ਜਦ ਦਸ ਵਾਰੀ ਛੱਡਦੀ ਹੈਗੀ ਆ ਤਾਂ ਬੰਤਾ ਬੜਾ ਹੀ ਖੁਸ਼ ਹੁੰਦਾ ਹੈਗਾ ਤੇ ਇਸ ਤੋਂ ਇਲਾਵਾ ਜਿਹੜਾ ਹੈ ਹੁਣ ਅ ਬੰਤਾ ਉਹਨਾਂ ਨੂੰ ਛੱਡ ਕੇ ਜਲਿਆਂਵਾਲਾ ਬਾਗ ਵੱਲ ਜਾਂਦੇ ਲੈਂਦਾ ਉਹ ਕਹਿੰਦਾ ਵੀ ਇੱਥੋਂ ਕੋਈ ਹੋਰ ਸਵਾਰੀ ਮਿਲ ਜੂਗੀ ਤਾਂ ਜਲਿਆਂਵਾਲਾ ਬਾਗ ਦਾ ਉਹਨੂੰ ਸਾਕਾ ਜ਼ਿਆਦਾ ਆਉਂਦਾ ਹੈ ਵੀ ਉਹਨੂੰ ਪਤਾ ਨਹੀਂ ਸੀ ਵੀ ਐਗਜ਼ੈਕਟ ਕਿੰਨੇ ਬਰੇ ਹੋ ਗਏ ਤਾਂ ਉਹਨੂੰ ਯਾਦ ਆਉਂਦਾ ਵੀ ਕਿਸ ਤਰ੍ਹਾਂ ਸ਼ਹੀਦਾਂ ਦੇ ਖੂਨ ਦੀ ਹੋਲੀ ਖੇਡੀ ਸੀ ਅੰਗਰੇਜ਼ਾਂ ਨੇ ਤੇ ਪਤਾ ਨਹੀਂ ਕਿੰਨੇ ਕੋ ਉਹਨਾਂ ਹੱਥੇ ਮਾਰੇਗੇ ਸੀਗੇ ਇੰਨੇ ਦਿਨ ਉਹਨੂੰ ਕੋਈ ਸਵਾਰੀ ਮਿਲ ਜਾਂਦੀ ਹੈਗੀ ਕੋਈ ਵਿਅਕਤੀ ਹੁੰਦਾ ਤੇ ਉਹਨੂੰ ਕਹਿੰਦਾ ਫਟਾਫਟ ਚੱਲ ਤਾਂ ਕਾਲੀ ਦੇ ਨਾਲ ਉਹ ਉਹਨੂੰ ਕਹਿੰਦਾ ਹੈ ਵੀ ਬਾਬਾ ਸਾਹਿਬ ਚੌਂਕ ਦੇ ਵਿੱਚ ਜਾਣਾ ਹੈਗਾ ਜਿਹੜਾ ਹੈ ਬੰਤਨ ਪੁੱਛਦਾ ਹੈ ਵੀ ਇੰਨੀ ਕੀ ਗਾਲਿਓ ਕਹਿੰਦਾ ਮੇਰੇ ਪਿਤਾ ਜੀ ਬਿਮਾਰ ਨੇ ਸਵੇਰੇ ਅੱਜ ਉਹਨਾਂ ਨੇ ਵੇਸਣ ਦੀ ਰੋਟੀ ਖਾ ਲਈ ਤੇ ਉਦੋਂ ਤੋਂ ਬਾਅਦ ਉਹਨੂੰ ਉਲਟੀਆਂ ਨਹੀਂ ਹਟੀਆਂ ਹੈਗੀਆਂ ਤੇ ਡਾਕਟਰ ਨੇ ਟੀਕੇ ਵੀ ਲਾਏ ਨੇ ਹੁਣ ਸਮਝ ਨਹੀਂ ਆਉਂਦੀ ਕਿਹੜੀ ਚੀਜ਼ ਚ ਨੁਕਸ ਬੇਸਣ ਚ ਨੁਕਸ ਸੀਗਾ ਕਿ ਡਾਕਟਰ ਦੇ ਟੀਕਿਆਂ ਦੇ ਚ ਨੁਕਸ ਸੀਗਾ ਤੇ ਉਹ ਜਿਹੜਾ ਬੰਤਾ ਉਸ ਜਿਹੜਾ ਪੁੱਛਦਾ ਹੈ ਵੀ ਉਹਦੇ ਪਿਤਾ ਜੀ ਦੀ ਉਮਰ ਕਿੰਨੀ ਹੈ ਤਾਂ ਉਹ ਕਹਿੰਦਾ 80 ਤੋਂ ਉੱਪਰ ਹੈਗਾ ਤਾਂ ਬੰਤਨ ਪੁੱਛਦਾ ਵੀ ਫੇਰ ਤਾਂ ਉਹਨਾਂ ਨੇ ਚਲਿਆਂ ਵਾਲੇ ਬਾਗ ਦਾ ਜਿਹੜਾ ਸਾਕਾ ਦੇਖਿਆ ਹੋਊਗਾ ਤਾਂ ਉਹ ਵਿਅਕਤੀ ਕਹਿੰਦਾ ਹੈਗਾ ਵੀ ਮੇਰੇ ਪਿਤਾ ਇਸ ਜਲੇ ਵਾਲੇ ਵਾਗ ਦੇ ਵਿੱਚ ਉਹਨਾਂ ਦੀ ਗੋਲੀ ਲੱਗੀ ਸੀਗੀ ਲੱਤ ਦੇ ਵਿੱਚ ਪਰ ਬਾਚਦਾ ਗਿਆ ਸੀਗੇ ਤਾਂ ਬੰਤਾ ਬੜਾ ਹੀ ਖੁਸ਼ ਹੁੰਦਾ ਹੈ ਵੀ ਉਹ ਇੱਕ ਜਿਹੜਾ ਹੈ ਜਿਉਂਦੇ ਸ਼ਹੀਦ ਬਾਰੇ ਗੱਲ ਕੀਤੀ ਤੇ ਉਹਦਾ ਮਾਨ ਕਰਦਾ ਹੈ ਉਹ ਪੈਸੇ ਵੀ ਨਹੀਂ ਲੈਣਾ ਚਾਹੁੰਦਾ ਹੈਗਾ ਉਸ ਤੋਂ ਜਿਹੜਾ ਰਿਕਸ਼ੇ ਦੇ ਕਿਰਾਏ ਦੇ ਪਰ ਉਹ ਲੈ ਦਿੰਦਾ ਹੈਗਾ ਤੇ ਬੰਤ ਦਾ ਜੀ ਕਰਦਾ ਹੈ ਵੀ ਉਹ ਜਿਹੇ ਵਿਅਕਤੀ ਦੇ ਨੂੰ ਮਿਲਿਆ ਜਾਵੇ ਤੇ ਉਹਨੂੰ ਜਿਹੜਾ ਹੈ ਉਹ ਆਪਣੀ ਜਿਹੜੀ ਸ਼ਰਧਾਂਜਲੀ ਪੇਸ਼ ਕਰਨੀ ਚਾਹੁੰਦਾ ਹੈ ਪਰ ਫਿਰ ਉਹ ਸੋਚਦਾ ਵੀ ਮੈਂ ਉਦੇ ਜਿਹੜਾ ਹੈ ਮੈਨੂੰ ਕਿਸੇ ਨੇ ਕੀ ਪੁੱਛਣਾ ਹੈਗਾ ਮੈਂ ਤਾਂ ਬਸ ਇੱਕ ਕੰਮ ਹੀ ਕਰਨਾ ਹੈਗਾ ਜੋ ਮੇਰਾ ਕੰਮ ਹੈ ਹੀ ਮੇਰੀ ਡਿਊਟੀ ਹੈਗੀ ਹੈ ਤਾਂ ਇਸ ਤੋਂ ਇਲਾਵਾ ਫਿਰ ਉਹ ਅਗਲੀ ਸਵਾਰੀ ਮਿਲਦੀ ਹੈਗੀ ਉਹਨੂੰ ਉਸ ਤੋਂ ਪਹਿਲਾਂ ਜਿਹੜਾ ਹੈ ਉਹ ਦੇਖਦਾ ਹੈ ਵੇਹ ਰਸਤੇ ਵਿੱਚ ਇੱਕ ਰੌੜਾ ਜਿਹੜਾ ਹੈ ਲੱਗੀ ਹੁੰਦੀ ਹੈਗੀ ਆ ਦੁਕਾਨ ਤਾਂ ਰੌ ਉਹ ਪੀਂਦਾ ਹੈਗਾ ਤਾਂ ਸਵਾਰੀ ਵੀ ਪਿੰਦੀ ਹੈਗੀ ਤਾਂ ਫਿਰ ਬੰਦ ਤਾਂ ਵੀ ਪੀ ਲੈਂਦਾ ਇੱਕ ਦੋ ਗਲਾਸ ਤਾਂ ਪਰ ਉਹ ਕੀ ਸੋਚਦਾ ਕਹਿੰਦਾ ਇਹਨਾਂ ਛੂਸਕੜੀਆਂ ਨਾਲ ਸਾਡਾ ਕੀ ਹੋਣਾ ਪਿੰਡ ਚੱਲ ਕੇ ਪੀਆਗੇ ਬਾਟ ਦੇ ਵਿੱਚ ਬਾਵਾ ਖੁੱਲਾ ਡੁੱਲਾ ਖਾਣ ਵਾਲਾ ਹੁੰਦਾ ਤੇ ਉਸ ਨੂੰ ਇੰਨਾ ਛੋਟੇ ਛੋਟੇ ਗਲਾਸਾਂ ਦਾ ਕੋਈ ਬਹੁਤਾ ਮਹੱਤਵ ਨਹੀਂ ਲੱਗਦਾ ਚਲੋ ਖੈਰ ਰੋ ਪੀ ਕੇ ਉਹਦਾ ਮਨ ਠੰਡਾ ਹੋ ਜਾਂਦਾ ਹੈ ਤੇ ਉਹ ਸਵਾਰੀਆਂ ਨੂੰ ਜਿਹੜਾ ਹੈ ਉਹ ਤਰਨ ਤਨ ਵਾਲੇ ਪਾਸੇ ਦੀ ਬੱਸ ਤੱਕ ਛੱਡੇ ਆਉਂਦਾ ਹੈਗਾ ਤੇ ਉਹਦੀ ਉਹਨਾਂ ਸਵਾਰੀਆਂ ਦੀ ਜਿਹੜੀ ਆਪਸੀ ਗੱਲਾਂ ਸੁਣ ਕੇ ਜਿਹੜਾ ਹੈ ਬੰਦਾ ਤਾਂ ਬੜਾ ਹੀ ਖੁਸ਼ ਹੁੰਦਾ ਹੈ ਵੀ ਕਹਿੰਦਾ ਕਈ ਵਾਰੀ ਆਸ਼ਾਵਧ ਜਿਹੜੀਆਂ ਸਵਾਰੀਆਂ ਹੁੰਦੀਆਂ ਨੇ ਉਹ ਰਿਕਸ਼ੇ ਵਾਲ ਦਾ ਮਨ ਵੀ ਖੁਸ਼ ਕਰਦੀਆਂ ਨੇ ਤੇ ਉਹ ਸੋਚਦਾ ਹੈਗਾ ਵੀ ਫਿਰ ਉਹ ਪਤੰਗਾਂ ਜਿਹੜੀਆਂ ਡੋਰਾਂ ਨੂੰ ਜਿਹੜਾ ਮਾਜ਼ਾ ਲਾਉਣ ਵਾਲਿਆਂ ਨੂੰ ਦੇਖਦਾ ਹੈਗਾ ਤਾਂ ਇਹਨੂੰ ਦੇਖ ਕੇ ਬੜੀ ਖੁਸ਼ੀ ਛੜਦੀ ਹੈ ਤੇ ਉਹ ਕਹਿੰਦਾ ਵੀ ਕਿਰਤੀਆਂ ਦੇ ਕੰਮ ਤਾਂ ਅੱਜ ਤੱਕ ਕੰਮ ਕਰਦੇ ਨੇ ਸੋਹਣੇ ਲੱਗਦੇ ਨੇ ਤੇ ਦੇਖੋ ਨਾ ਕਿਵੇਂ ਚੱਲ ਰਿਹਾ ਹੈ ਇਹਦਾ ਮਾਝੇ ਨਾਲ ਲਿਬੜੇ ਹੱਥ ਡੋਰੁੱਤੇ ਕਿੰਨੀਆਂ ਰੰਗ-ਬਰੰਗੀਆਂ ਡੋਰਾਂ ਨੇ ਲਾਲ ਪੀਲੀਆਂ ਨੀਲੀਆਂ ਗੁੱਡੀਆਂ ਦੀ ਰੁੱਤ ਹੈ ਬਈ ਬੰਤਿਆ ਕਿਉਂ ਨਾ ਲੱਗਣ ਡੋਰਾਂ ਔਰ ਆ ਰਹੀਆਂ ਨੇ ਦੋ ਕਾਕੀਆਂ ਇੱਧਰੋਂ ਕਿੱਦਾਂ ਦੇ ਕੱਪੜੇ ਪਾਏ ਆ ਇਹਨਾਂ ਨੇ ਉੰਜ ਫਾਬ ਦੇ ਬਹੁਤ ਨੇ ਹੁਣ ਕੀ ਉਹਨਾਂ ਨੇ ਕੁੜੀਆਂ ਨੇ ਮਾਡਰਨ ਕੱਪੜੇ ਪਾਏ ਹੁੰਦੇ ਨੇ ਤੇ ਉਹ ਉਸ ਨੂੰ ਚਿੱਤਰਾ ਟਾਕੀ ਭਾਵ ਸਿਨੇਮੇ ਜਾਣ ਨੂੰ ਕਹਿੰਦੀਆਂ ਨੇ ਫਿਰ ਉਹ ਪੈਸੇ ਤੈਅ ਕਰ ਲੈਂਦੀਆਂ ਨੇ 50 ਪੈਸੇ ਤੈਅ ਕਰ ਲੈਂਦੀਆਂ ਨੇ ਤੇ ਉਹਨੂੰ ਜਲਦ ਜਲਦ ਚੱਲਣ ਨੂੰ ਕਹਿੰਦੀਆਂ ਨੇ ਤੇ ਆਪਸ ਵਿੱਚ ਟਿਕਟਾਂ ਬਾਰੇ ਗੱਲ ਕਰਦੀਆਂ ਨੇ ਵੀ ਜੇ ਅਸੀਂ ਲੇਟ ਹੋ ਗਏ ਤਾਂ ਸਾਨੂੰ ਫਿਰ ਹਾਲ ਦੀ ਟਿਕਟ ਮਿਲੂਗੀ ਤਾਂ ਇੱਕ ਕੁੜੀ ਕਹਿੰਦੀ ਆ ਵੀ ਮੈਂ ਨਹੀਂ ਹਾਲ 'ਚ ਬੈਠਣਾ ਤਾਂ ਦੂਜੀ ਕੀ ਕਹਿੰਦੀ ਆ ਵੀ ਡਰਨ ਦੇ ਨਾਲ ਤਾਂ ਅਸੀਂ ਮਰ ਜਾਾਂਗੇ ਡਰਨਾ ਨਹੀਂ ਹੈਗਾ ਜਿੱਥੇ ਮਰਜੀ ਟਿਕਟ ਮੜੇ ਆਪਾਂ ਥਿਲ ਬੈਠ ਕੇ ਦੇਖ ਲੈਣੀ ਆ ਤਾਂ ਫਿਰ ਇਸ ਤਰ੍ਹਾਂ ਜਿਹੜਾ ਹੈ ਬੰਤਨ ਵੀ ਆਦੋਂਦਾ ਵੀ ਹਾਂ ਵੀ ਡਰਨ ਨਹੀਂ ਚਾਹੀਦਾ ਉਹ ਪਾ ਮੈਂ ਗਰੀਬ ਹੁੰਦਾ ਪਰ ਉਹ ਕਹਿੰਦਾ ਮੈਂ ਆਪਣੇ ਬੱਚੇ ਨੂੰ ਕਦੇ ਕਿਸੇ ਵੱਲੋਂ ਨਾ ਨਹੀਂ ਕਰਦਾ ਹੈਗਾ ਉਹ ਲੈ ਕੇ ਬਾਵੇਂ ਹਾਂ ਦਵਾ ਤੇ ਕਹਿੰਦਾ ਹੈਗਾ ਵਸ ਇੰਨੀ ਕੁ ਪ੍ਰੋਬਲਮ ਜ਼ਰੂਰ ਸੀਗਾ ਕਹਿੰਦਾ ਵੀ ਕੱਪੜੇ ਨੇ ਜਿਹੜੇ ਸਰਦੀਆਂ ਦੇ ਵਿੱਚ ਸਾਰੇ ਪਰਿਵਾਰ ਲਈ ਨਹੀਂ ਬਣਦੇ ਤੇ ਇਸ ਤੋਂ ਇਲਾਵਾ ਉਸ ਨੂੰ ਆਪਣੀ ਪਤਨੀ ਦੀ ਜਿਹੜੀ ਸਿਹਤ ਆ ਉਹ ਜਿਹੜੇ ਦੰਦਨਾਂ ਕੱਟਦੀ ਜਾ ਰਹੀ ਉਹਦਾ ਵੀ ਫਿਕਰ ਹੈਗੀ ਆ ਤੇ ਇਸ ਤੋਂ ਇਲਾਵਾ ਉਸਦੀ ਪਤਨੀ ਨੂੰ ਵੀ ਫਿਕਰ ਹੈ ਵੀ ਉਹਦਾ ਜਿਹੜਾ ਕੁੜਤਾ ਹੈ ਫਟਿਆ ਪਿਆ ਹੈਗਾ ਉਹਦੇ ਉੱਤੇ ਉਹਨੂੰ ਟਾਕੀਆਂ ਵੀ ਲਾਈਆਂ ਨੇ ਤੇ ਕਈ ਵਾਰ ਉਹ ਉਹਦੇ ਨਾਲ ਗੱਲ ਵੀ ਨਹੀਂ ਕਰਦੀ ਨਹੋਰੇ ਦੇ ਵਿੱਚ ਤੇ ਕਦੇ-ਕਦੇ ਉਹ ਆਪੇ ਰੋਣ ਵੀ ਲੱਗ ਜਾਂਦੀ ਹੈਗੀ ਆ ਤੇ ਫਿਰ ਅ ਬੰਤਾ ਉਸਨੂੰ ਸਹਾਰਾ ਦਿੰਦਾ ਜਿਹੜਾ ਹੌਂਸਲਾ ਦਿੰਦਾ ਕਹਿੰਦਾ ਵੀ ਕੋਈ ਨਹੀਂ ਆਪਣਾ ਪੁੱਤ ਜਵਾਨ ਹੋ ਜਾਊਗਾ ਫਿਰ ਆਪਣੇ ਸਾਰੇ ਦੁੱਖ ਕੱਟੇ ਜਾਣਗੇ ਤਾਂ ਉਹ ਕੀ ਕਹਿੰਦੀ ਹੈ ਉਹਦੀ ਪਤਨੀ ਵੀ ਹਲੇ ਤਾਂ ਭੋਰਾ ਕਾ ਇਹ ਬੱਚਾ ਕਦੋਂ ਵੱਡਾ ਹੋਇਆ ਕਦੋਂ ਸਾਡਾ ਤੇਰੇ ਦਰ ਕੱਟਿਆ ਗਿਆ ਚਲੋ ਫਿਰ ਵੀ ਉਹ ਉਸਨੂੰ ਜਿਹੜਾ ਹੈ ਅ ਮ ਬੰਤਾ ਸਮਝਾਉਂਦਾ ਹੈ ਵੀ ਆਪਾਂ ਆਪਣੇ ਪੁੱਤਰ ਨੂੰ ਮੰਨ ਨੂੰ ਬਹੁਤ ਪੜਾਵਾਂਗੇ ਭਾਵੇਂ ਜਿੰਨਾ ਮਰਜ਼ੀ ਪੜੇ ਤਾਂ ਉਸ ਦੀ ਜ਼ਿੰਦਗੀ ਬਣ ਜਾਵੇ ਸਾਡਾ ਕੀ ਆ ਤਾਂ ਇਹ ਗੱਲਾਂ ਸੋਚਦਾ ਸੋਚਦਾ ਹੋ ਉਹਨਾਂ ਸਵਾਰੀਆਂ ਆਪਣੇ ਜਿਹੜਾ ਹੈ ਅ ਕੁੜੀਆਂ ਨੂੰ ਸਿਨੇਮਾ ਤੱਕ ਲੈ ਜਾਂਦਾ ਹੈਗਾ ਤੇ ਉਹਨਾਂ ਕੋਲ ਸਿਰਫ 45 ਪੈਸੇ ਨਿਕਲਦੇ ਨੇ ਕਿਉਂਕਿ ਟੁੱਟੇ ਪੈਸੇ ਹੁੰਦੇ ਨਹੀਂ ਚਲੋ 45 ਪੈਸੇ ਹੀ ਲੈ ਕੇ ਬੰਤਾ ਆਪਣੇ ਰਾਹ ਪੈਂਦਾ ਹੈਗਾ ਤੇ ਫਿਰ ਇਸ ਤੋਂ ਲਾ ਤੁੱਪ ਬੜੀ ਸੋਹਣੀ ਲੱਗੀ ਹੁੰਦੀ। ਨਿਕਲੇ ਨਿਕਲੇ ਆਉਂਦੇ ਦਿਨ ਚੜ ਜਾਂਦਾ ਹੈਗਾ। ਸਵੇਰ ਦਾ ਬੜੀ ਧੁੰਦ ਪਈ ਹੋਈ ਸੀ। ਕਹਿੰਦਾ ਪਹਿਲੇ ਪਿਛਲੇ 10 ਦਰਾਂ ਦਾ ਧੁੰਦ ਦੇ ਨਿਕਲੂ ਇਸ ਤਾਂ ਥੋੜੀ ਜਿਹੀ ਧੁੱਪ ਨਿਕਲੀ ਤਾਂ ਉਹ ਸੋਚਦਾ ਵੀ ਧੁੱਪ ਲੈ ਲਵਾਂ। ਪਰ ਉਹ ਬਜਾਰਾ ਗਰੀਬ ਸੀਗਾ ਇੱਕ xe ਵਾਲਾ ਸੀਗਾ। ਉਹਨੂੰ ਤਾਂ ਕੋਈ ਵੀ ਸਵਾਰੀ ਮਿਲ ਗਈ ਉਹਨੇ ਲੈ ਲੈਣੀ ਸੀਗੀ। ਤਾਂ ਫਿਰ ਉਹਦੇ ਕੋਲ ਇੰਨਾ ਸਮਾਂ ਹੀ ਨਹੀਂ ਸੀਗਾ ਧੁੱਪ ਸੇਕਣ ਦਾ। ਤਾਂ ਉਹਨੇ ਫਿਰ 15 ਕੇ ਪੈਸਿਆਂ ਦੀ ਮੂੰਫੜੀ ਲੈ ਕੇ 5-4 ਮਿੰਟ ਧੁੱਪ ਲੈਣ ਦੇ ਲਈ ਟਾਈਮ ਪਾਸ ਕਰਨਾ ਸ਼ੁਰੂ ਕਰ ਦਿੱਤਾ। ਤੇ ਹੁਣ ਉਹ ਆਲੇ ਦੁਆਲੇ ਦੇਖਦਾ ਕਿੰਨੀ ਰੌਣਕ ਲੱਗੀ ਹੋਈ ਹੈ ਪਰ ਉਹਨੂੰ ਆਪਣੀ ਜ਼ਿੰਦਗੀ ਵੀ ਸਵਰਗ ਤੋਂ ਘੱਟ ਨਹੀਂ ਲੱਗਦੀ ਉਹ ਕਹਿੰਦਾ ਵੀ ਮੈਨੂੰ ਤਾਂ ਪ੍ਰਮਾਤਮਾ ਨੇ ਜੋ ਜ਼ਿੰਦਗੀ ਦਿੱਤੀ ਹੈ ਵਧੀਆ ਹੈਗੀ ਆ ਤਾਂ ਇੱਕ ਵਾਰ ਸਾਨੂੰ ਵੇਖਿਆ ਕਿ ਲਾਟਰੀ ਦੀਆਂ ਟਿਕਟਾਂ ਵਿਕ ਰਹੀਆਂ ਸਨ ਤਾਂ ਕਿੰਨੀਆਂ ਚੰਗੀਆਂ ਲੱਗ ਰਹੀਆਂ ਨੇ ਸਨ ਉਹ ਰੰਗ ਬਰੰਗੀਆਂ ਟਿਕਟਾਂ ਤਾਂ ਬੰਤਾ ਸੋਚਦਾ ਵੀ ਇੱਕ ਵਾਰੀ ਕਹਿੰਦਾ ਮੈਂ ਵੀ ਲਈ ਸੀ ਇੱਕ ਟਿਕਟਿਕ ਰੁਪਈਏ ਦੀ ਕਹਿੰਦਾ ਐਵੇਂ ਜਿਹੜਾ ਹੈ ਪੈਸੇ ਹੀ ਜਾਇਆ ਲੱਗੂ ਠੀਕ ਹੈ ਤਾਂ ਇਸ ਤਰ੍ਹਾਂ ਜਣ ਕਹਿਣ ਦਾ ਮਤਲਬ ਉਹਨੇ ਹਰ ਤਜਰਬਾ ਕੀਤਾ ਹੋਇਆ ਸੀਗਾ ਬੰਤੇ ਨੇ ਆ ਫਿਰ ਉਹ ਸੋਚਣ ਲੱਗ ਜਾਂਦਾ ਕਹਿੰਦਾ ਵੀ ਜੇਕਰ ਫਰਜ ਕਰੋ ਮੇਰੀ ਲਾਸਟ ਦੀ ਟੈਕ ਨਿਕਲ ਆ ਫਿਰ ਮੈਂ ਕੀ ਕਰੂੰਗਾ ਇੰਨਾ ਪੈਸਾ ਕਹਿੰਦਾ ਪੈਸੇ ਦਾ ਕੀ ਜੇ ਆਵੇ ਤਾਂ ਸਹੀ ਫਿਰ ਮੈਂ ਉਹਨੂੰ ਦੇਖੀ ਕਿੰਨੇ ਸੋਹਣੇ ਤਰੀਕੇ ਨਾਲ ਵਰਤੂੰਗਾ ਚਲੋ ਜਾਨੀ ਇਸ ਤਰ੍ਹਾਂ ਉਹ ਆਸ਼ਾਵਦੀ ਗੱਲਾਂ ਸੋਚਦਾ ਹੈ ਤੇ ਉਹਦਾ ਮਾਨ ਕਰਦਾ 15 ਪੈਸੇ ਦੀ ਹੋਰ ਮੂੰਗਫਲੀ ਲੈ ਲਵਾਂ ਵੀ ਇੰਨੀ ਕਿ ਮੂੰਗਫਲੀ ਨਾਲ ਕੁਝ ਬਣਿਆ ਨਹੀਂ ਪਰ ਫਿਰ ਉਹ ਸੋਚਦਾ ਵੀ ਛੱਡ ਦੋ ਭਰਾ ਇਹ ਟਾਈਮ ਵੇਸਟੀ ਹੋਣਾ ਤੇ ਇਸ ਤਰ੍ਹਾਂ ਫਿਰ ਉਹ ਆਪਣਾ ਜਿਹੜਾ ਹੈ ਸਾਈਕਲ ਦਾ ਨਾ ਰਿਕਸ਼ੇ ਦਾ ਇੱਕ ਪਹੀਏ ਦੇ ਵਿੱਚ ਉਹਨੂੰ ਹਵਾ ਘੱਟ ਲੱਗਦੀ ਹੈਗੀ ਆ ਤਾਫਰ ਉਹ ਉਹਦੇ ਵਿੱਚ ਹਵਾ ਪਹੌਂਦਾ ਹੈ ਇੱਕ ਹੋਰ ਸਵਾਰੀ ਆ ਜਾਂਦੀ ਹੈਗੀ ਆ ਤਾਂ ਫਿਰ ਉਹ ਸਾਨੂੰ ਉਸਦੇ ਮੁਕਾਮ ਤੱਕ ਪਹੁੰਚਾਉਂਦਾ ਹੈਗਾ ਤੇ ਇਸ ਤੋਂ ਇਲਾਵਾ ਫਿਰ ਉਸ ਨੂੰ ਅਗਲੀਆਂ ਜੋ ਸਵਾਰੀਆਂ ਮਿਲਦੀਆਂ ਦੋ ਸਵਾਰੀਆਂ ਮਿਲਦੀਆਂ ਨੇ ਦੋ ਇਸਤਰੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਸਾੜੀਆਂ ਪੈਣੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਵੇਖ ਕੇ ਬੰਦ ਤੇ ਲੱਗਦਾ ਵੀ ਇਹਨਾਂ ਨੂੰ ਠੰਡ ਨਹੀਂ ਲੱਗਦੀ ਪਰ ਉਹਨਾਂ ਨੇ ਸ਼ਾਲ ਉੱਤੇ ਪਾ ਰਲੇ ਹੁੰਦੇ ਨੇ ਤੇ ਫਿਰ ਉਹ ਉਹਨਾਂ ਦੇ ਵਿੱਚ ਇੱਕ ਦਾ ਨਾਂ ਲੱਜੋ ਸੀਗਾ ਦੂਜੀ ਇਸਤਰੀ ਦੋਨੋਂ ਜਣੀਆਂ ਉਹ ਰਿਕਸ਼ੇ ਤੇ ਬੈਠ ਜਾਂਦੀਆਂ ਨੇ ਪੈਸਿਆਂ ਸੰਬੰਧੀ ਉਹ ਕਾਫੀ ਬਹਿਸ ਕਰਦੀਆਂ ਨੇ ਚਲੋ ਖੈਰ ਫੇ ਰਹੋ ਮੰਨ ਜਾਂਦੀਆਂ ਹੈਗੀਆਂ ਨੇ ਤੇ ਫਿਰ ਜਿਹੜਾ ਹੈ ਉਹ ਆਪਸ ਵਿੱਚ ਗੱਲਾਂ ਕੀ ਕਰਦੀਆਂ ਨੇ ਵੀ ਜਿਹੜੀ ਲੱਜੋ ਹੈ ਉਸ ਨੂੰ ਦੂਜੀ ਉਸਤਰੀ ਕਹਿੰਦੀ ਹੈ ਕਿ ਮੈਂ ਸਿਰਫ ਕੁੜੀ ਵੇਖਣੀ ਆ ਸੋਹਣੀ ਹੋਣੀ ਚਾਹੀਦੀ ਆ ਤਾਂ ਫਿਰ ਨਾਗ ਵਾਲੀ ਉਸਤਰੀ ਕੀ ਕਹਿੰਦੀ ਹੈ ਲੱਗਦਾ ਵੀ ਇਹਨਾਂ ਦੀ ਗੱਲਬਾਤ ਉਹ ਵੀ ਬਚੋਲਣ ਹੈਗੀ ਆ ਉਹ ਕਹਿੰਦੀ ਕੁੜੀ ਬਥੇਰੀ ਸੋਹਣੀ ਆ ਤੇ ਇਸ ਤੋਂ ਇਲਾਵਾ ਦਾਜ ਵੀ ਬਿਹਰਾ ਦੇਣਗੇ ਤੂੰ ਫਿਕਰ ਨਾ ਕਰ ਹਾਂ ਪਰ ਜਿਹੜੀ ਹੈ ਲੱਜ ਜਿਹੜੀ ਉਸਤਰੀ ਜਿਹੜੀ ਹੈ ਕੁੜੀ ਨੂੰ ਦੇਖਣ ਚੱਲੀ ਆ ਉਹ ਕੀ ਕਹਿੰਦੀ ਹੈ ਵੀ ਕੁੜੀ ਨੂੰ ਪੜਨੋਂ ਹਟਾ ਲਣ ਸਾਨੂੰ ਪੜਾਉਣ ਦੀ ਲੋੜ ਨਹੀਂ ਹੈਗੀ ਪਰ ਫਿਰ ਲੱਜੂ ਕਹਿੰਦੀ ਹੈ ਪਰ ਭੈਣ ਵਿਆਹ ਤਾਂ ਹਲੀ ਸਾਲ 2 ਸਾਲ ਠਹਿਰ ਕੇ ਕਰਨਾ ਹੈ ਪੜਦੀ ਰਹਿਣ ਦੱਸੋ ਕਾਲਜੋਂ ਕਾਹਨੂੰ ਹਟਾਉਣਾ ਹੋਇਆ ਮਤਲਬ ਉਹ ਕੀ ਕਹਿੰਦੀ ਵੀ ਕਾਲਜੇ ਪੜ੍ਹਾਈ ਜਾਣ ਦੇ ਉਹਨੂੰ ਤੈਨੂੰ ਕੀ ਤਕਲੀਫ ਤਾਂ ਉਹ ਕੀ ਕਹਿੰਦੀ ਨਹੀਂ ਬਈ ਅਸੀਂ ਤਾਂ ਅਗਲੇ ਸਾਲ ਵਿਆਹ ਕਰ ਦੇਣਾ ਹੈਗਾ ਤੇ 2 ਸਾਲ ਨਹੀਂ ਉਡੀਕਣਾ ਸੀ ਇਹ ਗੱਲ ਪਹਿਲਾਂ ਖੋਲ ਨਹੀਂ ਪਰ ਫਿਰ ਲੱਜੂ ਕਹਿੰਦੀ ਐ ਵੀ ਕੁੜੀ ਨਹੀਂ ਮੰਨਦੇ ਉਹ ਕਹਿੰਦੀ ਮੈਂ ਤਾਂ ਬੇਕਾਰ ਕੀ ਵਿਆਹ ਕਰਾਉਣਾ ਤੇ ਫਿਰ ਨਾਲੇ ਉਹ ਕਹਿੰਦੀ ਹੈਗੇ ਲੱਜ ਕਹਿੰਦੀ ਵੀ ਤੇਰਾ ਮੁੰਡਾ ਵੀ ਥਾਰੇ ਬਹੁਤਾ بڑا ਨਹੀਂ ਹੈਗਾ ਪਰ ਉਹ ਇਸਤਰੀ ਕੀ ਕਹਿੰਦੀ ਮੇਰੇ ਮੁੰਡੇ ਨੂੰ 18ਵਾਂ ਸਾਲ ਲੱਗ ਗਿਆ ਵੀ ਮੈਂ ਤੇ ਇਸ ਉਮਰ ਦੇ ਵਿੱਚ ਸਾਡੇ ਤਾਂ ਬੱਚਾ ਵੀ ਹੋ ਗਿਆ ਸੀਗਾ ਪਰ ਹੁਣ ਉਹ ਲੱਜ ਉਹਨੂੰ ਸੁਕੀ ਸਮਝਾਉਂਦੀ ਵੀ ਨਹੀਂ ਬੇ ਹੁਣ ਤਾਂ ਜ਼ਮਾਨਾ ਬਦਲ ਲਿਆ ਹੁਣ ਇਹ ਗੱਲ ਨਹੀਂ ਹੈਗੀ ਤੇ ਦੂਜੀ ਇਸਤਰੀ ਕੀ ਕਹਿੰਦੀ ਮੈਂ ਜਿਹੜਾ ਆਪਣੇ ਨੂਨ ਬਹੁਤ ਗਹਿਣੇ ਪਾਉਣੇ ਨੇ ਜਿਹੜਾ ਉਹਾਰ 12 ਬੰਗਾ ਹੀਰੇ ਦੀ ਮੰਦਰੀ ਦੋ ਸੈਟ ਆਦ ਤੇ ਇਸ ਤੇ ਉੱਤਰ ਦੇ ਵਿੱਚ ਜਿਹੜੀ ਆ ਉਹ ਲਾਜੂ ਕੀ ਕਹਿੰਦੀ ਆ ਵੀ ਜਿਸ ਤਰ੍ਹਾਂ ਜਿਹੜਾ ਹੈ ਉਹਨਾਂ ਕੁੜੀ ਵਾਲਿਆਂ ਨੇ ਵੀ ਬਥੇਰਾ ਵਧੀਆ ਜਿਹੜਾ ਹੈ ਵਿਆਹ ਕਰਨਾ ਹੈ 20-25000 ਤਾਂ ਨਗਦ ਹੀ ਰੱਖਣਗੇ ਹੋਰ ਭਾਵੇਂ ਵੱਧ ਹੀ ਦੇ ਦੇਣ ਤੇ ਉਹ ਵੀ ਬਥੇਰੀ ਸ਼ੋਭਾ ਦੇ ਕਰਨਗੇ ਤੇ ਇਹ ਗੱਲਾਂ ਸੁਣ ਕੇ ਬੰਦਨ ਤਾਂ ਹੈਰਾਨ ਹੋ ਜਾਂਦਾ ਵੀ ਜਿਨ੍ਹਾਂ ਲੋਕ ਕੋਲ ਪੈਸਾ ਹੈ ਉਹਨਾਂ ਕੋਲ ਹੈ ਹੀ ਬਹੁਤ ਤੇ ਉਹ ਇਸਤਰੀ ਲਾਜੂ ਨੂੰ ਕਹਿੰਦੀ ਵੀ ਜੇ ਕੁੜੀ ਮੇਰੇ ਪਸੰਦ ਆ ਗਈ ਤਾਂ ਮੈਂ ਮੁੰਦਰੀ ਪਾ ਦੇਣੀ ਪਰ ਉਹ ਲਾਜੂ ਕੀ ਕਹਿੰਦੀ ਵੀ ਨਹੀਂ ਬਈ ਇੰਨੀ ਜਲਦੀ ਨਹੀਂ ਕਰਨੀ ਹੈਗੀ ਤੂੰ ਕੁੜੀ ਦੇਖਣੀ ਆ ਉਹਨਾਂ ਨੇ ਮੁੰਡਾ ਦੇਖਣਾ ਪਰ ਹੁਣ ਉਹ ਇਸਤਰੀ ਕਹਿੰਦੀ ਹੈ ਵੀ ਮੁੰਡੇ ਦਾ ਕੀ ਦੇਖਣਾ ਮੁੰਡਾ ਤਾਂ ਬਥੇਰਾ ਸੋਹਣਾ ਹਾਂ ਉਹ ਕੋਈ ਐਬ ਨਹੀਂ ਕੋਈ ਇਹ ਨਹੀਂ ਮਤਲਬ ਨਾ ਮੁੰਡੇ ਦਾ ਨਾਮ ਹੇਸ਼ੀਆ ਤੇ ਉਹ ਕਹਿੰਦਾ ਵੀ ਸਿਰਫ ਇੱਕ ਐਤ ਵਰ ਨੂੰ ਫਿਲਮ ਜ਼ਰੂਰ ਦੇਖਦਾ ਕੋਈ ਸਿਗਰਟ ਨਹੀਂ ਪੀਂਦਾ ਹੋਰ ਕੋਈ ਐਬ ਨਹੀਂ ਹੈਗਾ ਪਰ ਨਹੀਂ ਜਿਹੜੀ ਲੱਜੋਗੀ ਕਹਿੰਦੀ ਵੀ ਨਹੀਂ ਉਹ ਤਾਂ ਕੁੜੀ ਨੇ ਵੀ ਕਹਿੰਦੀ ਮੈਂ ਮੁੰਡਾ ਦੇਖਣਾ ਤਾਂ ਇਹ ਗੱਲ ਤੇ ਜਿਹੜਾ ਹੈ ਉਹ ਔਰਤ țeੜਕਦੀ ਹੋਈ ਕਹਿੰਦੀ ਵੀ ਫਿਰ ਤਾਂ ਇਹ ਮੈਨੂੰ ਵਦਿਆ ਨਹੀਂ ਲੱਗਦਾ ਹੈਗਾ ਤੇ ਵੀ ਨਾਲ ਦੂਸਰੀ ਗੱਲ ਹੈਗੀ ਆ ਫਿਰ ਜਦੋਂ ਲਾਜੋ ਨੂੰ ਕਹਿੰਦੀ ਵੀ ਤੈਨੂੰ ਕੀ ਤਕਲੀਫ ਆ ਵੀ ਇਹ ਮੁੰਡਾ ਦੇਖਣਾ ਦੇਖ ਲੈਣ ਤਾਂ ਫਿਰ ਇੱਥੇ ਉਹ ਔਰਤ ਅਸਲੀਅਤ ਦੱਸਦੀ ਆ ਵੀ ਉਹਦਾ ਜਿਹੜਾ ਪੁੱਤਰ ਹੈ ਉਹ ਉਹਦਾ ਟੀਰ ਕੱਢਦਾ ਹੈਗਾ ਤੇ ਉਹਨੂੰ ਇਹ ਆ ਵੀ ਉਹਨਾਂ ਨੂੰ ਪਤਾ ਨਾ ਲੱਗ ਜਵੇ ਤੇ ਇਸ ਤਰ੍ਹਾਂ ਰਿਸ਼ਤੇ ਚ ਭੰਨ ਨਾ ਵੱਜ ਜੇ ਤਾਂ ਫਿਰ ਇੱਥੇ ਲਾਜੋ ਨੂੰ ਸਕੀਮ ਦੱਸਦੀ ਆ ਵੀ ਆਪਾਂ ਇਹਨੂੰ ਗਰਮੀਆਂ 'ਚ ਦਿਖਾਵਾਂਗੇ ਤੇ ਮੁੰਡੇ ਦੇ ਅਨਕਾ ਲਾ ਦੇ ਤੇ ਆਪਾਂ ਕਹਿ ਦਵਾਂਗੇ ਭਾਈ ਮੁੰਡਾ ਵੀ ਜੇ ਕੁੜੀਆਂ ਫੈਸ਼ਨ ਕਰ ਸਕਦੀਆਂ ਮੁੰਡਾ ਵੀ ਤਾਂ ਫੈਸ਼ਨ ਕਰਦਾ ਹੈ ਤੇ ਇਹ ਸਕੀਮ ਉਹਨੂੰ ਪਸੰਦ ਆ ਜਾਂਦੀ ਹੈ ਤੇ ਬੰਤਾ ਇਹ ਗੱਲ ਸੁਣ ਕੇ ਬੜਾ ਹੈਰਾਨ ਹੁੰਦਾ ਵੀ ਕਿਸ ਤਰ੍ਹਾਂ ਲੋਕ ਆਪਣੀਆਂ ਔਗੁਣਾਂ ਛੁਪਾਉਣ ਲਈ ਨਵੀਆਂ-ਨਵੀਆਂ ਸਕੀਮਾਂ ਕੱਢਦੇ ਹੈਗੇ ਨੇ ਤੇ ਇਸ ਤੋਂ ਇਲਾਵਾ ਬਾਅਦ ਵਿੱਚ ਫਿਰ ਇੱਕ ਪਲਵਾਨ ਜੀ ਆ ਜਾਂਦੇ ਨੇ ਤੇ ਜਿਹੜਾ ਉਸ ਨੂੰ ਚੀਤਲਾ ਮੰਦਰ ਜਾਣ ਨੂੰ ਕਹਿੰਦਾ ਹੈ ਤੇ ਉਹ ਪਲਵਾਨ ਬੜਾ ਤਕੜਾ ਹੁੰਦਾ ਨਰੋਆ ਹੁੰਦਾ ਹੈਗਾ ਤੇ ਉਹ ਕਹਿੰਦਾ ਹੋਵੇ ਬੰਤਾ ਕੀ ਕਹਿੰਦਾ ਵੀ ਸਿਹਤ ਅਮਿਤਾ ਨਹੀਂ ਬਣਦੀ ਦੁੱਧ ਕਿਉਂ ਪੀਣਾ ਪੈਂਦਾ ਹੈ ਬਾਦਾਮ ਖਾਣੇ ਪੈਂਦੇ ਨੇ ਹਰ ਚੀਜ਼ ਪੈਸਿਆਂ ਨਾਲ ਹੀ ਆਉਂਦੀ ਹੈ ਹਰ ਗੱਲ ਵਿੱਚ ਪੈਸਾ ਹੀ ਆਵੜਦਾ ਹੈ ਪਰਵੰਤਿਆ ਇੱਕ ਗੱਲ ਸੋਚ ਜੇ ਇੱਕ ਪਾਸੇ ਪੈਸਾ ਹੋਵੇ ਦੂਜੇ ਪਾਸੇ ਚੰਗੀ ਸਿਹਤ ਤਾਂ ਭਲਾ ਕਿਹੜੀ ਚੀਜ਼ ਚੰਗੀ ਹੈ ਤੋ ਕਹਿੰਦਾ ਵੀ ਚੰਗੀ ਸਿਹਤ ਉਹ ਜ਼ਿਆਦਾ ਵਧੀਆ ਹੈਗੀ ਪੈਸਿਆਂ ਦਾ ਕੀ ਹੈਗਾ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਸੋਚਦਾ ਸੋਚਦਾ ਹੈਗਾ ਬੰਤਾ ਉਹਨੂੰ ਆਪਣੇ ਮਕਾਮ ਤੇ ਪਹੁੰਚਾ ਦਿੰਦਾ ਹੈਗਾ ਤੇ ਭਲਵਾਨ ਜਿਹਦਾ ਹੈ ਰਿਕਸ਼ਾ ਲੈਣ ਲੱਗੇ ਨੇ ਪੈਸੇ ਉਹਦੇ ਨਾਲ ਤੈ ਹੀ ਸੀ ਕਿੰਤੇ ਪਰ ਉਹ ਜਾਂਦਾ ਹੋਇਆ ਉਸ ਨੂੰ ਚਪ 50 ਉਸਨੇ ਜਿਹੜਾ ਹੈ 98 ਦੇ ਗਿਆ 50 ਪੈਸੇ ਚ ਨਾ ਤਾਂ ਕਹਿੰਦਾ ਹੈ ਘੱਟ ਸੀਗੇ ਤੇ ਨਾ ਹੀ ਬਹੁਤੇ ਸੀਗੇ ਤੇ ਇਸ ਤਰ੍ਹਾਂ ਜਿਹੜਾ ਬਣਤਾ ਹੈ ਬੜਾ ਖੁਸ਼ ਹੋਇਆ ਉਹ ਕਹਿੰਦਾ ਜੇਕਰ ਸਾਰੀਆਂ ਸਵਾਰੀਆਂ ਇਸ ਤਰ੍ਹਾਂ ਕਰਨ ਲੱਗ ਜਾਣ ਫਿਰ ਤਾਂ ਨਜ਼ਾਰੇ ਆ ਜਾਣ ਪਰ ਪਤਾ ਨਹੀਂ ਬੰਦੇ ਗਰੀਬ ਬੰਦੇ ਦਾ ਹੱਕ ਕਿਉਂ ਮਾਰ ਮਾਰਦੇ ਨੇ ਬਈ ਹੱਕ ਦੇ ਦਿਓ ਗਰੀਬ ਨੂੰ ਉਸ ਦਾ ਫਿਰ ਕਾਹਦਾ ਰੇਟ ਦਾ ਮਤਲਬ ਜੇਕਰ ਸਾਰੇ ਲੋਕ ਧੀ ਵਿਅਕਤੀ ਨੂੰ ਉਸ ਦਾ ਹੱਕ ਦੀ ਕਮਾਈ ਦਿੰਦੇ ਰਹਿਣ ਤਾਂ ਫਿਰ ਸਾਰੀਆਂ ਮੁਸੀਬਤਾਂ ਦਾ ਹੱਲ ਹੋ ਸਕਦਾ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਹਾਊਸ ਨੇ 10-15 ਮਿੰਟ ਰਸਵਾਰੀਆਂ ਦੀ ਡੀ ਕੀਤੀ ਪਰ ਕੋਈ ਸਵਾਰੀ ਆਈ ਨਹੀਂ ਫਿਰ ਉਸਨੂੰ ਭੁੱਖ ਲੱਗਿਆ ਤੇ ਕਹਿੰਦਾ ਉਸਨੇ ਫਿਰ ਜਿਹੜਾ ਹੈ ਰਿਕਸ਼ਾ ਘਰ ਨੂੰ ਮੋੜ ਲਿਆ ਤੇ ਉਹ ਕਹਿੰਦਾ ਹੈ ਜਦੋਂ ਕਹਿੰਦਾ ਘਰ ਨੇੜੇ ਆਉਂਦਾ ਫਿਰ ਮੇਰੀ ਭੁੱਖ ਹੋਰ ਤੇਜ਼ ਹੋ ਜਾਂਦੀ ਹੈ ਤੇ ਫਿਰ ਉਸਨੂੰ ਯਾਦਾ ਹੈ ਵੀ ਪੱਲੀ ਲੋਕ ਉਹ ਪੱਲੀ ਲੋਕ ਕਹਿੰਦਾ ਆਪਣੀ ਪਤਨੀ ਨੂੰ ਵੀ ਉਸਨੇ ਰੋਟੀਆਂ ਪਕਾ ਲਈਆਂ ਹੋਣਗੀਆਂ ਵਿਚਾਰੀ ਤਾਂ ਸਾਧਨ ਕੰਮ ਹੀ ਨਹੀਂ ਮੁੱਕਦਾ ਹੈਗਾ ਤੇ ਸਿਹਤ ਵੀ ਨਹੀਂ ਠੀਕ ਰਹਿੰਦੀ ਬੱਚੇ ਵੀ ਉਹਨੂੰ ਬਹੁਤ ਤੰਗ ਕਰਦੇ ਨੇ ਤੇ ਉਹਨਾਂ ਦੇ ਬੱਚਿਆਂ ਦੀਆਂ ਲੋੜਾਂ ਨਹੀਂ ਪੂਰੀਆਂ ਹੁੰਦੀਆਂ ਇਸ ਕਰਕੇ ਹੀ ਉਹ ਪਰੇਸ਼ਾਨ ਰਹਿੰਦੀ ਹੈਗੀ ਆ ਤੇ ਬੱਚੇ ਨੇ ਕਹਿੰਦਾ ਕੁਝ ਨਾ ਕੁਝ ਖਾਣ ਨੂੰ ਮੰਗਦੇ ਹੀ ਰਹਿੰਦੇ ਨੇ ਤੇ ਸਰਦੀਆਂ ਦੇ ਵਿੱਚ ਕੋਈ ਨਾ ਕੋਈ ਬੱਚਾ ਢਿੱਲਾ ਹੀ ਹੋਇਆ ਰਹਿੰਦਾ ਹੈਗਾ ਤੇ ਇੰਨੇ ਸਾਰੇ ਕੱਪੜੇ ਬਣ ਵੀ ਕਿਵੇਂ ਜਾਂ ਤਾਂ ਉਸ ਭਲੀ ਲੋਕ ਨੇ ਵਿਚਾਰੀ ਨੇ ਕਹਿੰਦਾ ਥੋੜੇ ਜਿਹੇ ਪੈਸੇ ਬਚਾਏ ਨੇ ਤੇ ਫਿਰ ਉਹਨੇ ਇੱਕ ਉਨ ਖਰੀਦ ਲਿਆਂਦੀ ਤੇ ਬੱਚਿਆਂ ਲਈ ਤੇ ਫਿਰ ਉਹ ਘਰ ਦੇ ਲਾਗੇ ਇੱਕ ਸਕੂਲ ਹੈ ਉੱਥੇ ਇੱਕ ਅਧਿਆਪਕ ਪੜਾਉਂਦਾ ਹੈ ਉਸਦੇ ਘਰ ਕੰਮ ਕਰਕੇ ਆਉਂਦੀਆਂ ਦੋ ਬੜੇ ਤੇ ਕਹਿੰਦਾ ਬੰਤਾ ਉਸ ਨੂੰ ਬਹੁਤ ਰੋਖਦਾ ਹੈ ਪਰ ਉਹ ਆਖੇ ਨਹੀਂ ਲੱਗਦੀ ਕੀ ਕਹਿੰਦੀ ਹੈ ਹੁਣ ਜੇ ਮੈਂ ਕੁਝ ਕਰ ਲਿਆਉਂਦੀ ਹਾਂ ਤਾਂ ਵੀ ਗੁਜ਼ਾਰਾ ਨਹੀਂ ਹੁੰਦਾ ਮਤਲਬ ਦਿਨਾਂ ਕੰਮ ਕਰਦੀ ਆ ਉਹਦਾ ਥੋੜਾ ਬਹੁਤ ਤਾਂ ਮੈਨ ਤਾਂ ਉਸ ਨੂੰ ਮਿਲ ਜਾਂਦਾ ਹੈਗਾ ਤਾਂ ਵੀ ਕੁਝ ਗੁਜ਼ਾਰਾ ਨਹੀਂ ਹੁੰਦਾ ਜੇ ਬਿਲਕੁਲ ਹੀ ਕੁਝ ਨਾ ਕਰਾਂ ਤਾਂ ਛੱਟ ਕਿਵੇਂ ਲੰਗੇਗਾ ਤਾਂ ਬੰਤਾ ਜਦੋਂ ਉਸ ਨੂੰ ਕਹਿੰਦਾ ਕਿ ਮੈਂ ਹਾਂ ਕਮਾਉਣ ਵਾਲਾ ਤਾਂ ਉਹ ਪਹਿਲਾਂ ਉਹਦੇ ਵੱਲ ਤੱਕਦੀ ਹੈ ਤੇ ਫਿਰ ਨਿਮਮਾ ਜਿਹਾ ਮੁਸਕਰਾ ਕੇ ਪਰੇ ਚਲੇ ਜਾਂਦੀ ਹੈ ਬੰਤੇ ਨੂੰ ਉਸ ਦੀ ਇਹ ਤੱਕਣੀ ਵਧੀਆ ਨਹੀਂ ਲੱਗਦੀ ਤੇ ਨਾ ਹੀ ਉਸ ਦੀ ਉਹ ਨਿੰਮੀ ਜਿਹੀ ਮੁਸਕਣੀ ਇਸ ਕਰਕੇ ਬੰਤਾ ਉਸ ਨੂੰ ਕੁਝ ਵੀ ਕਹਿਣੋਂ ਹਟ ਜਾਂਦਾ ਹੈ ਇਹ ਤਾਂ ਸੀਗਾ ਭਾਗ ਪਹਿਲਾ ਸਵੇਰ ਦਾ ਜਿਹਦੇ ਵਿੱਚ ਅਸੀਂ ਦੇਖਿਆ ਵੀ ਉਹ ਸਵੇਰੇ ਉੱਠਦਾ ਹੈਗਾ ਬਿਨਾਂ ਚਾਹ ਪੀਤੇ ਵਿਚਾਰਾ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੰਦਾ ਹੈ ਸਵਾਰੀਆਂ ਮਿਲਦੀਆਂ ਨੇ ਟਾ ਪੰਜ ਕਰਦੀਆਂ ਨੇ ਆਪਣੀ ਮਰਜ਼ੀ ਦੇ ਪੈਸੇ ਦਿੰਦੀਆਂ ਨੇ ਤੇ ਫਿਰ ਵੀ ਉਹ ਉਤਸ਼ਾਹ ਚ ਰਹਿੰਦਾ ਹੈਗਾ ਚੱਲਦੇ ਰਹਿਣ ਨੂੰ ਜ਼ਿੰਦਗੀ ਸਮਝਦਾ ਹੈਗਾ ਤੇ ਅਣਖ ਵਾਲਾ ਬੰਦਾ ਹੈ ਪੜ੍ਹਾਈ ਨੂੰ ਵਧੀਆ ਸਮਝਦਾ ਹੈਗਾ ਤੇ ਹੁਣ ਆਪਾਂ ਇਹਦੇ ਇਸ ਭਾਗ ਦੇ ਪ੍ਰਸੰਗ ਤੇ ਦੱਸ ਕੇ ਵਿਆਖਿਆ ਕਰਨੀ ਹੈਗੀ ਆ ਤੇ ਜਿਵੇਂ ਪਹਿਲਾਂ ਪਸੰਗ ਹੈ ਪਲਿਏ ਲੋਕੀ ਜਿਹੜੀ ਚਾਹ ਵੱਡੇ ਲੋਕ ਵਿਸਤਰਾ ਛੱਡਣ ਤੋਂ ਪਹਿਲਾਂ ਪਿੰਦੇ ਆ ਉਹ ਹੁੰਦੀ ਹੈ ਬੈਡਟੀ ਚੱਲ ਉੱਠ ਪਿਆਰ ਦੇ ਅੱਜ ਸਾਨੂੰ ਵੀ ਬੈਡਟੀ ਹੁਣ ਇਹ ਪ੍ਰਸੰਗ ਪਹਿਲੀ ਗੱਲ ਹੈ ਪ੍ਰਸੰਗ ਕੀ ਹੁੰਦਾ ਹੈ ਤੁਹਾਨੂੰ ਜਿਹੜਾ ਹੈ ਇਹ ਪੇਪਰ ਦਾ ਲਾਸਟ ਕੁਐਸਚਨ ਆਉਂਦਾ ਹੈ ਨਾਵਲ ਵਿੱਚ ਤੇ ਪ੍ਰਸੰਗ ਹਰੇ ਜਾਇਕ ਉਸ ਕੋਈ ਵੀ ਲਾਈਨ ਆ ਜਵੇ ਹਰੇਕ ਲਾਈਨ ਦਾ ਸਿਰਫ ਇੱਕ ਪ੍ਰਸੰਗ ਇੱਕੋ ਹੀ ਲਿਖਣਾ ਆਪਾਂ ਨੇ ਸਿਰਫ ਨਾਮ ਚੇਂਜ ਕਰ ਦਾਂਗੇ ਬਾਅਦ ਵਿੱਚ ਪਹਿਲੀ ਲਾਈਨ ਇੱਕੋ ਹੀ ਲਿਖਣੀ ਆ ਕੀ ਹੈ ਲਿਖਣੀ ਆ ਇਹ ਲਾਈਨ ਸਾਡੀ ਪੰਜਾਬੀ ਦੀ ਪਾਠ ਪੁਸਤਕ ਇੱਕ ਹੋਰ ਨਵਾਂ ਸਾ ਜਿਸ ਦੇ ਲੇਖਕ ਹਨ ਸ਼੍ਰੀ ਪ੍ਰੋਫੈਸਰ ਨਰਿੰਦਰ ਨਰੰਜਨ ਤਸਨੀਮ ਇਹਦਾ ਸਪੈਲਿੰਗ ਠੀਕ ਨਾਲ ਠੰਗ ਨਾਲ ਲਿਖਣਾ ਹੈ ਪ੍ਰੋਫੈਸਰ ਨਰੰਜਨ ਤਸਨੀਮ ਹਾਗੇ ਨੇ ਤੇ ਇਸ ਨਾਵਲ ਦੇ ਵਿੱਚ ਉਹਨਾਂ ਨੇ ਇੱਕ ਰਿਕਸ਼ਾ ਚਾਲਕ ਦੀ ਜ਼ਿੰਦਗੀ ਦਾ ਹਾਲ ਬਿਆਨ ਕੀਤਾ ਹੈਗਾ ਤੇ ਹੁਣ ਆਪਾਂ ਫਿਰ ਉਸ ਤੋਂ ਆ ਲਾਈਨਾਂ ਦੇ ਨਾਲ ਸੁਣਦਤ ਆਪਾਂ ਗੱਲ ਕਰਨੀ ਹੈਗੀ ਆ ਕਿ ਹੁਣ ਭਲੀਏ ਲੋਕ ਕਿ ਜਿਹੜੀ ਚਾਹ ਵੱਡੇ ਲੋਕ ਵਿਸਤਰਾ ਛੱਡਣ ਤੋਂ ਪਹਿਲਾਂ ਪੀਂਦੇ ਨੇ ਉਹ ਹੁੰਦੀ ਹੈ ਬੈਡਟੀ ਹੁਣ ਆਪਾਂ ਇਹ ਲਾਈਨਾਂ ਨੇ ਸਟਾਰਟਿੰਗ ਦੇ ਵਿੱਚ ਹੀ ਆਈਆਂ ਨੇ ਕਿ ਬੰਤਾ ਆਪਣੀ ਪਤਨੀ ਨੂੰ ਕਹਿੰਦਾ ਇਹ ਸਤਰਾ ਬੰਤਾ ਆਪਣੀ ਪਤਨੀ ਤਾਰੋ ਨੂੰ ਸਵੇਰੇ ਸਵੇਰੇ ਚਾਹ ਪੀਣ ਦੇ ਸਮੇਂ ਕਹਿੰਦਾ ਹੈਗਾ ਵੀ ਉੱਚੇ ਉੱਠੇ ਤੇ ਉਸ ਨੂੰ ਬਿਸਤਰਾ ਛੱਡਣ ਤੋਂ ਪਹਿਲਾਂ ਚਾਹ ਪਿਲਾ ਦੇ ਜਿਵੇਂ بڑے ਲੋਕ ਪਿੰਦੇ ਹੈਗੇ ਨੇ ਤੇ ਵਿਆਖਿਆ ਦੇ ਵਿੱਚ ਅਸੀਂ ਸਿੱਧਾ ਲੇ ਕਰਕੇ ਲਿਖ ਦੇਣਾ ਕਿ ਪੰਤਾ ਆਪਣੇ ਪਤਨੀ ਨੂੰ ਕਹਿੰਦਾ ਹੈ ਕਿ ਸਾਨੂੰ ਜਿਹੜਾ ਅੱਜ ਬੈਡ ਟੇ ਪਿਆ ਦੇ ਜਿਵੇਂ ਜਿਹੜਾ ਵੱਡੇ ਲੋਕ ਬਿਸਤਰਾ ਛੱਡਣ ਤੋਂ ਪਹਿਲਾਂ ਚਾਹ ਪਿੰਦੇ ਹੈਗੇ ਨੇ ਤੇ ਦੂਸਰਾ वार्तालाਪ ਹੈ ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ ਅਸੀਂ ਉਹਨਾਂ ਦੇ پاس ਕੁ ਵੀ ਨਹੀਂ ਮਿੰਦਰ ਦੀ ਚਾਹ ਹੁਣ ਇਹਦਾ ਪ੍ਰਸੰਗ ਤਾਂ ਉਹੀ ਲਿਖਾਂਗੇ ਪਹਿਲੇ ਵਾਲਾ ਵੀ ਇੱਕ ਲਾਈਨ ਸਾਡੀ ਨਾਵਲ ਦੀ ਪੜ੍ਹ ਪੁਸਤਕੋਂ ਲਈਏਗਾ ਇਸਦੇ ਲੇਖਕ ਨੇ ਪ੍ਰੋਫੈਸਰ ਨਰਿੰਜਨ ਤਸਨੀਮ ਤੇ ਇਹ ਸਤਰਾਂ ਬੰਤੇ ਦੇ ਰਿਕਸ਼ੇ 'ਚ ਬੈਠੀ ਹੋਈ ਇੱਕ ਮਰਦ ਸਵਾਰੀ ਆਪਣੀ ਪਤਨੀ ਨੂੰ ਕਹਿੰਦੀ ਹੈ ਕਿ ਜੋ ਅਮਰੀਕਾ ਦੀ ਅਮੀਰੀ ਅਤੇ ਭਾਰਤ ਦੀ ਗਰੀਬੀ ਦਾ ਮੁਕਾਬਲਾ ਕਰਦੇ ਹੋਏ ਕਹਿੰਦੇ ਨੇ ਕਿ ਅਮਰੀਕਾ ਦੇ ਵਿੱਚ ਤਾਂ ਬਹੁਤ ਲੋਕ ਅਮੀਰ ਨੇ ਹੈਗੇ ਨੇ ਕਿੱਥੇ ਰਾਜਾ ਪੋਸ਼ ਕਿੱਥੇ ਗੰਗੂ ਤੇਲੀ ਇਸ ਤਰ੍ਹਾਂ ਜਿਹੜਾ ਹੈ ਵੀ ਅਸੀਂ ਉਹਨਾਂ ਦੇ ਪਾਸਕੂ ਵੀ ਨਹੀਂ ਹੈਗੇ ਪਾਸਕੂ ਹੁੰਦਾ ਵੀ ਕਿਸੇ ਦਾ ਬਿਲਕੁਲ ਹੀ ਤੱਕੜੀ ਦੇ ਦੋ ਪੱਲੇ ਹੁੰਦੇ ਨੇ ਜੇ ਉਹਦਾ ਇੱਕ ਬਿਲਕੁਲ ਉੱਚਾ ਚੱਕਿਆ ਜਾਵੇ ਇੱਕ ਬਿਲਕੁਲ ਨੀਵਾ ਹੋਵੇ ਉਹਨੂੰ ਪਾਸਕ ਕਹਿੰਦੇ ਨੇ ਤਾਂ ਵੀ ਅਸੀਂ ਉਹਨਾਂ ਬਰਾਬਰੀ ਨਹੀਂ ਕਰ ਸਕਦੇ ਤੀਸਰਾ ਹੈ ਤਲਾਬ ਆਪਾਂ ਵੀ ਆਪਣੀਆਂ ਦੋਹਾਂ ਕਾਕੀਆਂ ਨੂੰ ਉਨਾਂ ਹੀ ਪੜਾਉਣਾ ਜਿੰਨਾ ਕਿ ਫੁੱਮਣ ਹੁਣ ਇਹ ਜਿਹੜਾ ਹੈ ਗਿਆ 17 ਬੰਤੇ ਦੀ ਦੇ ਰਿਕਸ਼ਟ ਵਿੱਚ ਬੈਠੀਆਂ ਨੇ ਸਵਾਰੀਆਂ ਆਪਸ ਵਿੱਚ ਗੱਲਾਂ ਕਰਦੀਆਂ ਨੇ ਜਿਹੜੀਆਂ ਕਿ ਆਪਣੇ 2 ਮਹੀਨੇ ਦੇ ਬੱਚੇ ਨੂੰ ਤਰਵਾਰ ਸਾਹਿਬ ਦੇ ਵਿੱਚ ਮੱਥਾ ਟਕਾ ਕੇ ਲਿਆਈਆਂ ਨੇ ਸੁੱਖ ਲਾ ਕੇ ਆਈਆਂ ਨੇ ਅਤੇ ਉਹ ਜਿਹੜਾ ਮਰਦ ਹੈ ਸਵਾਰੀ ਹੈ ਆਪਣੀ ਪਤਨੀ ਦੇ ਨਾਲ ਆਪਣੀਆਂ ਬੇਟੀਆਂ ਦੀ ਬਾਰੇ ਗੱਲਾਂ ਕਰਦਾ ਵੀ ਹੁਣ ਕੁੜੀਆਂ ਤੇ ਮੁੰਡਿਆਂ ਚ ਬਹੁਤਾ ਫਰਕ ਨਹੀਂ ਹੈ ਵੀ ਆਪਾਂ ਨੂੰ ਉਹਨਾਂ ਨੂੰ ਪੜਾਉਣਾ ਚਾਹੀਦਾ ਆਪਣੀ ਬੇਟੀਆਂ ਨੂੰ ਤਾਂ ਫੇਰ ਉੱਥੇ ਬੰਤਾ ਆਪਣੇ ਆਪ ਨੂੰ ਕਹਿੰਦਾ ਹੈਗਾ ਵੀ ਆਪਾਂ ਵੀ ਆਪਣੀਆਂ ਜਿਹੜੀਆਂ ਦੋਨੇ ਬੇਟੀਆਂ ਨੇ ਉਹਨਾਂ ਨੂੰ ਉਨਾ ਹੀ ਪੜਾਵਾਂਗੇ ਜਿੰਨਾ ਕਿ ਫੁੱਮਣ ਮਤਲਬ ਇਹ ਬੰਤਾ ਆਪਣੇ ਆਪ ਨੂੰ ਕਹਿੰਦਾ ਹੈਗਾ ਅਗਲਾ ਹੈ ਕਿਵੇਂ ਨਾਲ ਲੱਭੂ ਪੜਨ ਦੇ ਹਾਲੇ ਗੁੱਡੀ ਨੂੰ ਦਿਲ ਲਾ ਕੇ ਹੁਣ ਇਹ ਵੀ ਜਿਹੜਾ ਹੈ ਪ੍ਰਸੰਗ ਲਾਈਨਾਂ ਨੇ बनते दी जेड़े ਹੈ रिक्शे ਦੇ ਵਿੱਚ ਬੈਠੀ ਮਰਦ ਸਵਾਰੀ ਆਪਣੀ ਪਤਨੀ ਨੂੰ ਕਹਿੰਦੀ ਹੈਗੀ ਆ ਜਦੋਂ ਪਤਨੀ ਕੀ ਕਹਿੰਦੀ ਆ ਵੀ ਉਹਨਾਂ ਦੀ ਬੇਟੀ ਸਵਰਨੀ ਲਈ ਵਧੀਆ ਰਿਸ਼ਤਾ ਆ ਹੈਗਾ ਚੰਗੇ ਘਰ ਦਾ ਰਿਸ਼ਤਾ ਹੈਗਾ ਵੀ ਇਸ ਲਈ ਸਾਨੂੰ ਬਰੋਕ ਕਰ ਦੇਣੀ ਚਾਹੀਦੀ ਹੈ ਮੰਗਣਾ ਕਰ ਦੇਣਾ ਚਾਹੀਦਾ ਵਿਆਹ ਵਾਚ ਚ ਕਰ ਲਵਾਂਗੇ ਪਰ ਜਿਹੜਾ ਹੈ ਪਤਨੀ ਕੀ ਕਹਿੰਦਾ ਵੀ ਨਹੀਂ ਅਜੇ ਕੀ ਕਾਲੀ ਹੈਗੀ ਆ ਆਪਾਂ ਨੂੰ ਵਧੀਆ ਰਿਸ਼ਤਾ ਪਤਨੀ ਨੂੰ ਫਿਕਰ ਆ ਵੀ ਸਾਨੂੰ ਅਗਲਾ ਰਿਸ਼ਤਾ ਵਧੀਆ ਫਿਰ ਲੱਭਣਾ ਨਹੀਂ ਹੈਗਾ ਪਰ ਵੀ ਕਹਿੰਦਾ ਕਿਵੇਂ ਨਹੀਂ ਲੱਭੂਗਾ ਪੜਨ ਦੇ ਹਲੇ ਗੁੱਡੀ ਨੂੰ ਦਿਲ ਲਾ ਗੇ ਤਾਂ ਪਤਨੀ ਕੀ ਕਹਿੰਦਾ ਹੈ ਵੀ ਹਲੇ ਆਪਣੇ ਬੇਟੀ ਨੂੰ ਚੰਗੀ ਤਰ੍ਹਾਂ ਪੜ੍ਹ ਲੈਣ ਦੇ ਵਧੀਆ ਲੱਭ ਸਕਦਾ ਰਿਸ਼ਤਾ। ਇਹਨਾਂ ਛੂਛੜੀਆਂ ਨਾਲ ਸਾਡਾ ਕੀ ਬਣਨਾ ਆ? ਪਿੰਡ ਚੱਲ ਕੇ ਪੀਾਂਗੇ ਬਾਟੇ ਵਿੱਚ। ਹੁਣ ਇਹ ਲਾਈਨ 20 ਜਿਹੜਾ ਹੈ ਇੱਕ ਹੋਰ ਨਵਾਂ ਸਾਲ ਨਾਵਲ ਦੇ ਵਿੱਚ ਜੇ ਪਹਿਲੇ ਭਾਗ ਦੇ ਵਿੱਚ ਹੁਣ ਆਪਾਂ ਇਹ ਵੀ ਦੇਖ ਲਾਂ ਸਵੇਰ ਵਾਲੇ ਭਾਗ ਦੇ ਵਿੱਚ ਜਿਹੜਾ ਹੈ ਬੰਤਾ ਕਹਿੰਦਾ ਹੈਗਾ ਜਦੋਂ ਉਹ ਰੌ ਪਿੰਦਾ ਹੈਗਾ ਤੇ ਉਹ ਗਲਾਸ ਦੇ ਨਾਲ ਰੌ ਪਿੰਦਾ ਤਾਂ ਉਹਨੂੰ ਜਿਹੜਾ ਹੈ ਲੱਖ ਸੰਤੁਸ਼ਟੀ ਨਹੀਂ ਹੁੰਦੀ ਉਹ ਕਹਿੰਦਾ ਵੀ ਇੰਨੇ ਛੋਟੇ ਛੋਟੇ ਗਲਾਸਾਂ ਦੇ ਨਾਲ ਵੀ ਮੈਨੂੰ ਕੀ ਬਣਨਾ ਹੈਗਾ ਵੀ ਅਸੀਂ ਤਾਂ ਪਿੰਡ ਜਾ ਕੇ ਬਾਟੇ ਦੇ ਨਾਲ ਰੋ ਪੀਵਾਂਗੇ ਤੇ ਉਹਦੇ ਨਾਲ ਹੀ ਸਾਡੀ ਸੰਤੁਸ਼ਟੀ ਹੋਣੀ ਹੈਗੀ ਆ ਤਾਂ ਅਗਲਾ ਹੈ ਪਰ ਭੈਣ ਵਿਆਹ ਤਾਂ ਹਾਲੀ ਸਾਲ ਦੋ ਸਾਲ ਠਹਿਰ ਕੇ ਕਰਨਾ ਹੈ ਪੜਦੀ ਰਹਿਣ ਦੇ ਸੂ ਕਾਲਜੋਂ ਕਹ ਨੂੰ ਉਠਾਉਣਾ ਹੋਇਆ ਇਹ ਜਿਹੜੇ ਸੱਤਰਾ ਨੇ ਬੰਤੇ ਦੀ ਰਿਕਸ਼ੇ ਦੇ ਵਿੱਚ ਬੈਠੀਆਂ ਦੋ ਔਰਤਾਂ ਨੇ ਜਿਨਾ ਚੋ ਇੱਕ ਦਾ ਨਾਂ ਲੱਜੋ ਹੈ ਤੇ ਦੂਸਰੀ ਇਸਤਰੀ ਦੇ ਪੁੱਤਰ ਦੇ ਲੱਜ ਦੇ ਲਈ ਲੱਜੋ ਕੁੜੀ ਨੂੰ ਵਿਖਾਣ ਲਈ ਲਿ ਜਾ ਰਹੀ ਹੈਗੀ ਆ ਤੇ ਉਹ ਮੁੰਡੇ ਦੀ ਮਾਂ ਚਾਹੁੰਦੀ ਹੈ ਵੀ ਕੁੜੀ ਨੂੰ ਕਾਲਜੋਂ ਪੜਨ ਹਟਾ ਲਿਆ ਜਾਵੇ ਵੀ ਛੇਤੀ ਵਿਆਹ ਕਰਨਾ ਹੈਗਾ ਪਰ ਲੱਜੋ ਨੂੰ ਕੀ ਕਹਿੰਦੀ ਹੈ ਵੀ ਵਿਆਹ ਤਾਂ ਹਲੇ 2 ਸਾਲ ਠਹਿਰ ਕੇ ਕਰਨਾ ਵੀ ਹਲੇ ਉਹਨੂੰ ਕੁੜੀ ਨੂੰ ਜਿਹੜਾ ਹੈ ਕਾਲਜੋਂ ਹਟਾਉਣ ਦੀ ਕੀ ਲੋੜ ਹੈਗੀ ਆ ਤਾਂ ਅਗਲਾ ਅਗਲੀ ਲਾਈਨਾਂ ਨੇ ਲੱਜੋ ਜੇ ਇਹ ਕੁੜੀ ਪਸੰਦ ਆ ਗਈ ਤਾਂ ਮੋਹੂਦਰੀ ਪਾ ਦੇਣੀ ਆ ਉਹਨੂੰ ਤਾਂ ਪਰ ਸੰਗੋਹੀ ਆ ਜਿਹੜਾ ਹੁਣ ਪਿਛਲੀਆਂ ਲਾਈਨਾਂ ਦੇ ਵਿੱਚ ਕੀ ਕਿਹਾ ਸੀਗਾ ਵੀ ਉਹ ਦੋਨੋਂ ਇਸਤਰੀਆਂ ਨੇ ਰਿਕਸ਼ੇ 'ਚ ਬੈਠੀਆਂ ਨੇ ਤੇ ਆਪਸ ਵਿੱਚ ਗੱਲਾਂ ਕਰਦੀਆਂ ਨੇ ਤੇ ਮੁੰਡੇ ਦੀ ਮਾਂ ਲਾਜੋ ਨੂੰ ਕਹਿੰਦੀ ਵੀ ਜੇ ਕੁੜੀ ਮੈਨੂੰ ਸੋਹਣੀ ਲੱਗੀ ਪਸੰਦ ਆ ਗਈ ਤਾਂ ਮੈਂ ਉਸ ਨੂੰ ਮੁੰਦਰੀ ਪਾ ਦੇਣੀ ਹੈਗੀ ਤਾਂ ਹੁਣ ਅਗਲਾ ਜਿਹੜਾ ਵਾਰਤਾਲਾਪ ਕੀ ਹੈ ਇਹ ਵੀ ਕੋਈ ਨੁਕਸ ਹੈ ਅੱਬਲ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਨਹੀਂ ਤਾਂ ਉਹਨੂੰ ਕਵਾਂਗੇ ਵੀ ਧੁੱਪ ਵਾਲੇ ਅਨਕ ਲਾ ਕੇ ਜਾ ਹੁਣ ਇਹੇ ਪ੍ਰਸੰਗ ਵੀ ਵਾਰਤਾਲਾਪ ਵੀ ਇਹਨਾਂ ਦੋ ਇਸਤਰੀਆਂ ਦਾ ਹੀ ਆ ਜਿਹੜੀਆਂ ਆਪਾਂ ਹੁਣੇ ਗੱਲ ਕਰਕੇ ਛੱਡੇ ਆਂ ਵੀ ਬੰਤੇ ਦੇ ਰਿਕਸ਼ੇ 'ਚ ਬੈਠੀਆਂ ਨੇ ਤੇ ਉਹ ਲੱਜੋ ਜਿਹੜੀ ਹੈ ਨਾਲ ਵਾਲੀ ਔਰਤ ਦੇ ਮੁੰਡੇ ਲਈ ਰਿਸ਼ਤੇ ਦੀ ਗੱਲ ਕਰ ਰਹੀ ਹੈਗੀ ਆ ਕੁੜੀ ਦੇਖਣ ਜਾ ਰਹੀ ਆ ਉਹ ਤੇ ਇੱਥੇ ਜਿਹੜਾ ਹੈ ਲੱਜੋ ਉਸ ਇਸਤਰੀ ਨੂੰ ਕਹਿੰਦੀ ਆ ਵੀ ਉਹਨਾਂ ਨੇ ਵੀ ਮੁੰਡਾ ਦੇਖਣਾ ਇਸਤੇ ਜਿਹੜਾ ਹੈ ਉਹ ਇਸਤਰੀ ਤੜਕ ਜਾਂਦੀ ਹੈ ਕਹਿੰਦੀ ਵੀ ਮੈਨੂੰ ਤਾਂ ਫਿਰ ਇਹ ਗੱਲ ਵਧੀਆ ਨਹੀਂ ਲੱਗੀ ਹੁਣ ਉਹ ਪਰ ਲੱਜ ਗਈ ਕਹਿੰਦੀ ਫਿਰ ਤੈਨੂੰ ਕੀ ਤਕਲੀਫ ਆ ਵੀ ਜੇ ਆਪਾਂ ਕੁੜੀਆਂ ਦੇਖ ਸਕਦੇ ਮੁੰਡਾ ਕਿਉਂ ਨਹੀਂ ਦੇਖ ਸਕਦੇ ਤਾਂ ਹੁਣ ਇੱਥੇ ਉਹ ਇਸਤਰੀ ਅਸਲੀਅਸ ਦੱਸਦੀ ਆ ਵੀ ਉਸ ਦਾ ਮੁੰਡਾ ਜਿਹੜਾ ਕਈ ਵਾਰ ਟੀਰ ਕੱਟ ਲੈਂਦਾ ਤੇ ਉਹਨੂੰ ਫਿਕਰ ਆ ਵੀ ਇਹ ਰਿਸ਼ਤਾ ਕਿਤੇ ਬਣਦਾ ਬਣਦਾ ਵਿਗੜ ਨਾ ਜਾਵੇ ਤਾਂ ਫਿਰ ਲਾਜੋ ਉਹਨੂੰ ਇਸ ਦਾ ਇੱਕ ਇਲਾਜ ਦੱਸਦੀ ਹੈਗੀ ਆ ਵੀ ਇਹ ਤਾਂ ਕੋਈ ਬਹੁਤ ਵੱਡਾ ਨੁਕਸਨ ਨਹੀਂ ਵੀ ਅੱਬਲ ਤਾਂ ਕਿਸੇ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਣਾ ਤੇ ਫਿਰ ਆਪਾਂ ਨਹੀਂ ਉਸ ਮੁੰਡੇ ਨੂੰ ਕਹਿ ਦਾਂਗੇ ਵੀ ਭਾਈ ਧੁੱਪ ਵਾਲੇ ਅਨਕ ਲਾ ਕੇ ਚੱਲੇ ਜਾਏ ਕਿਸੇ ਨੂੰ ਕੁਝ ਨਹੀਂ ਪਤਾ ਲੱਗਣਾ ਸਬਸਕੀਮ ਲਾਉਂਦੀ ਹੈਗੀ ਆ ਤਾਂ ਅੱਗੇ ਹੈ ਪਰ ਪਤਾ ਨਹੀਂ ਕਈ ਬੰਦੇ ਗਰੀਬ ਦਾ ਹੱਕ ਕਿਉਂ ਮਾਰਦੇ ਆ ਬਈ ਹੱਕ ਦੇ ਦਿਓ ਗਰੀਬ ਦਾ ਉਸ ਨੂੰ ਫੇਰ ਕਾ ਦਾ ਰੇੜਕ ਰੇੜਕਾ ਹੁੰਦਾ ਝਗੜਾ ਤਾਂ ਇਹ ਜਿਹੜਾ ਹੈ ਲਾਈਨ ਅਪ ਨਾਵਲਿਕ ਹੋਰ ਨਮਸਾਲ ਦੇ ਭਾਗ ਨੰਬਰ 1 ਦੇ ਵਿੱਚ ਤੁਲਿਆ ਗਿਆ ਹੈਗਾ ਇਹਦੇ ਵਿੱਚ ਬੰਤਾ ਆਪਣੇ ਆਪ ਨੂੰ ਕਹਿੰਦਾ ਹੈਗਾ ਜਦੋਂ ਇੱਕ ਜਿਹੜਾ ਪਹਿਲਵਾਨ ਹੈ ਉਹ ਸ਼ੀਤਲਾ ਮੰਦਿਰ ਜਿਹੜਾ ਹੈ ਉਹਦੇ ਇਕ ਵੇਚੇ ਚ ਬੈਠ ਕੇ ਜਾਂਦਾ ਹੈ ਤੇ ਉਸ ਨੂੰ ਆਪਣੇ ਆਪ ਹੀ ਬਿਨਾ ਪਹਿਲਾਂ ਉਹ ਕਰਾਇਆ ਨਹੀਂ ਉਹਦੇ ਨਾਲ ਫਿਕਸ ਕਰਦਾ ਹੈਗਾ ਜਿਵੇਂ ਆਪ ਆਮ ਸਵਾਰੀਆਂ ਕਰਾਇ ਫਿਕਸ ਕਰਦਿਆਂ ਨੇ ਜਾਂ ਝਗੜਾ ਕਰਦੇ ਨੇ ਵੀ ਅਸੀਂ ਇੰਨੇ ਨਹੀਂ ਦੇਣੇ ਇੰਨੇ ਦੇਣੇ ਪਰ ਬਿਨਾ ਜਿਹੜਾ ਕਰਾਇਆ ਤਾਂ ਕਿਤੇ ਬੈਠ ਜਾਂਦਾ ਹੈ ਤੇ ਫਿਰ ਜਾਣ ਲੱਗਿਆ ਉਸ ਨੂੰ 50 ਪੈਸੇ ਆਪਣੇ ਆਪ ਹੀ ਦੇ ਜਾਂਦਾ ਹੈਗਾ ਤਾਂ ਇਸ ਤੇ ਜਿਹੜਾ ਹੈ ਬੰਤਾ ਬੜਾ ਖੁਸ਼ ਹੁੰਦਾ ਹੈ ਵੀ ਜੇਕਰ ਹਰੇਕ ਸਵਾਰੀ ਉਹ ਰਿਕਸ਼ੇ ਵਾਲੇ ਦਾ ਪਣਦਾ ਹੱਕ ਉਸ ਨੂੰ ਬਿਨਾਂ ਕਹੇ ਦੇ ਦੇ ਜੇ ਫੇਰ ਤਾਂ ਰਿਕਸ਼ਾ ਚਲਾਉਣਾ ਵਧੀਆ ਲੱਗਦਾ ਮਤਲਬ ਉਹਨੂੰ ਵਧੀਆ ਲੱਗਦਾ ਇਸ ਗੱਲ ਤਾਂ ਫੇਰ ਉਹ ਕਹਿੰਦਾ ਹੈ ਵੀ ਜਿਹੜਾ ਗਰੀਬੰਦੇ ਦਾ ਹੱਕ ਦੇ ਦੇਣਾ ਚਾਹੀਦਾ ਹੈਗਾ ਤੇ ਇਹਦੇ ਨਾਲ ਜਿਹੜਾ ਹੈ ਸਾਰਾ ਹੀ ਝਗੜਾ ਖਤਮ ਹੋ ਜਾਵੇ ਅਗਲਾ ਜਿਹੜਾ ਹੈ वार्तालाਪ ਹੁਣ ਜੇ ਕੁਝ ਨਾ ਕੁਝ ਲਿਆਉਂਦੀਆਂ ਤਾਂ ਵੀ ਗੁਜ਼ਾਰਾ ਨਹੀਂ ਹੁੰਦਾ ਜੇ ਬਿਲਕੁਲ ਹੀ ਕੁਝ ਨਾ ਆਇਆ ਤਾਂ ਛੱਟ ਕਿਵੇਂ ਲੱਗੇਗਾ ਤਾਂ ਇਹ ਲਾਸਟ वार्तालाਪ ਹੈਗਾ ਭਾਗ ਨੰਬਰ ਪਹਿਲੇ ਦਾ ਸਵੇਰ ਵਾਲੇ ਦਾ ਤਾਂ ਇਸ ਦਾ ਪ੍ਰਸੰਗ ਕੀ ਹੈ ਵੀ ਇਹ ਲਾਈਨ ਸਾਡੀ ਪੰਜਾਬੀ ਦੀ ਪਾਠ ਪੁਸਤਕ ਨਾਵਲ ਇੱਕ ਹੋਰ ਨਵਾਂ ਸਾਲ ਵਿੱਚ ਲਿਆਈ ਗਈ ਹੈ ਜਿਸ ਦੇ ਲੇਖਕ ਹੈਗੇ ਨੇ ਪ੍ਰੋਫੈਸਰ ਨਰਿੰਜਨ ਤਸਨੀਮ ਤਾਂ ਇਹਨਾਂ ਲਾਈਨਾਂ ਦੇ ਵਿੱਚ ਤਾਰੂ ਜੋ ਕਿ ਬੰਤੇ ਦੀ ਪਤਨੀ ਹੈ ਉਹ ਬੰਤੇ ਨੂੰ ਕਹਿੰਦੀ ਹੈਗੀਆ ਕਦੋਂ ਕਹਿੰਦੀ ਹੈ ਜਦੋਂ ਬੰਤਾ ਉਸ ਨੂੰ ਰੋਕਦਾ ਹੈ ਕਿਉਂਕਿ ਉਹ ਇੱਕ ਸਕੂਲ ਦਾ ਅਧਿਆਪਕ ਹੈ ਉਸਦੇ ਘਰ ਕੰਮ ਕਰਕੇ ਆਉਂਦੀ ਆ ਦੋ ਟਾਈਮ ਜਾਂਦੀ ਹੈ ਤੇ ਉਹਦੇ ਨਾਲ ਥੋੜਾ ਬਹੁਤਾ ਉਹ ਪੈਸੇ ਕਮਾ ਲੈਂਦੀ ਹੈਗੀ ਆ ਤੇ ਬੰਤਾ ਉਸ ਨੂੰ ਰੋਕਦਾ ਹਵੇ ਤੂੰ ਨਾ ਕੰਮ ਕਰਨ ਜਾਇਆ ਕਰ ਵੀ ਮੈਂ ਹੈਗਾ ਕੰਮ ਕਰਨ ਲਈ ਤਾਂ ਫਿਰ ਉਹ ਕੀ ਕਹਿੰਦੀ ਹੈਗੀ ਆ ਵੀ ਮੈਂ ਜਦੋਂ ਜਾਂਦੀ ਆ ਕੰਮ ਕਰਨ ਲਈ ਤਾਂ ਥੋੜਾ ਬਹੁਤੇ ਪੈਸੇ ਆਉਂਦੇ ਨੇ ਤਾਂ ਉਹਦੇ ਨਾਲ ਆਪਣਾ ਗੁਜ਼ਾਰਾ ਹਜੇ ਵੀ ਨਹੀਂ ਹੁੰਦਾ ਵੀ ਜੇ ਮੈਂ ਨਾ ਜਾਵਾਂ ਫਿਰ ਤਾਂ ਕੁਝ ਵੀ ਬਹੁਤ ਔਖਾ ਹੋ ਜਾਊਗਾ ਤੇ ਮੈਨੂੰ ਜਿਹੜਾ ਹੈ ਦਾ ਕੋਈ ਨਾ ਕੋਈ ਸੁੱਖ ਹੀ ਹੈਗਾ ਤੇ ਇਸ ਲਈ ਉਹ ਇਸ ਕੰਮ ਤੋਂ ਤੋਂ ਨਹੀਂ ਹਟਣਾ ਚਾਹੁੰਦੀ ਤੇ ਬੰਤਾ ਫਿਰ ਉਹਦੀ ਜਿੱਦ ਵੇਖ ਕੇ ਚੁੱਪ ਕਰ ਜਾਂਦਾ ਹੈਗਾ ਇਹ ਤਾਂ ਸੀਗਾ ਭਾਗ ਨੰਬਰ 1 ਸਵੇਰ ਇਸ ਦਾ ਸਾਰ ਕਥਾਨਕ ਅਸੀਂ ਕਹਿ ਸਕਦੇ ਹੈਗੇ ਆ ਇਹਦੇ ਬਾਰੇ ਗੱਲਬਾਤ ਹੈਗੀ ਆ ਔਰ ਇਸ ਤੋਂ ਇਲਾਵਾ ਪ੍ਰਸੰਗ ਦੱਸ ਕੇ ਵਿਆਖਿਆ ਫੇਰ ਮਿਲਾਂਗੇ ਕਿਸੇ ਹੋਰ ਵਧੀਆ ਵੀਡੀਓ ਨਾਲ ਜੇਕਰ ਵਧੀਆ ਲੱਗੀ ਵੀਡੀਓ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਨਾਲੋਂ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ